ਕੋਈ ਵੀ ਇਨਫਲੂਐਂਸਰ ਹੁੰਦਾ, ਕੋਈ ਵੀ ਅਦਾਕਾਰ ਹੁੰਦਾ, ਐਕਟਰ, ਸਿੰਗਰ, ਕੋਈ ਵੀ, ਕਈ ਵਾਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਲੀਕ ਹੋ ਜਾਂਦੀਆਂ ਨੇ ਜਾਂ MMS ਲੀਕ ਹੋ ਜਾਂਦੇ ਨੇ। ਪਿੱਛੇ ਜੇ ਕੁੱਲੜ ਪੀਜ਼ੇ ਦਾ ਜਿਹੜਾ MMS ਲੀਕ ਹੋਇਆ ਸੀ, ਉਸ ਤੋਂ ਬਾਅਦ ਇੱਕ ਕੁੜੀ ਹੈ ਰਾਮਗੜੀਆ ਕਰਕੇ ਇਨਫਲੂਐਂਸਰ, ਉਹਦਾ ਵੀ MMS ਲੀਕ ਹੋਇਆ। ਸੋ ਇਹ ਚੀਜ਼ਾਂ ਹੁੰਦੀਆਂ ਕਿਵੇਂ ਨੇ, ਜਾਣ ਕੇ ਕਰਦੇ ਨੇ ਜਾਂ ਫਿਰ ਵਾਕਈ ਚੀਜ਼ਾਂ ਲੀਕ ਹੋ ਜਾਂਦੀਆਂ ਨੇ? ਇਹਦੇ ਵਿੱਚ ਜੋ ਵੀ ਡੇਟਾ ਅਸੀਂ ਇੱਕ ਵਾਰੀ ਆਪਣੇ ਡਿਜੀਟਲ ਡਿਵਾਈਸਿਸ ਦੇ ਵਿੱਚ ਰਿਕਾਰਡ ਕਰ ਲਈਏ, ਉਹ ਡੇਟਾ ਡਿਲੀਟ ਕਰਨਾ ਬੜਾ ਮੁਸ਼ਕਿਲ ਹੈ। ਪੈਨ ਡਰਾਈਵ ਦੇ ਵਿੱਚੋਂ ਜਾਂ ਫੋਨ ਦੇ ਵਿੱਚੋਂ ਜਦੋਂ ਆਪਾਂ ਕੋਈ ਫੋਰਮੈਟ ਕਰਦੇ ਹਾਂ ਜੀ, ਤਾਂ ਉਹ ਡਾਟਾ ਜਿਹੜਾ ਹੁੰਦਾ ਆ ਉਹ ਸਾਰਾ ਪੈਨ ਡਰਾਈਵ ਜਾਂ ਫੋਨ ਦੇ ਵਿੱਚ ਹੀ ਹੁੰਦਾ? ਉਹ ਪੈਨ ਡਰਾਈਵ ਐਂਡ ਫੋਨ ਦੇ ਵਿੱਚ ਹੀ ਉਹਦੇ ਸੈਕਟਰ 'ਚ ਸੇਵ ਹੁੰਦਾ ਹੈ। ਉਹਨੂੰ ਬਹੁਤ ਸਾਰੇ ਅੱਛੇ ਫੋਰੈਂਸਿਕਸ ਟੂਲਸ ਆਉਂਦੇ ਉਹਦੇ ਵਿੱਚ, ਨਾਲ ਉਹ ਡਾਟਾ ਸਾਰਾ ਐਜ਼ ਇਟ ਇਜ਼ ਰਿਕਵਰ ਹੋ ਜਾਵੇ। ਹੋ ਸਕਦਾ, ਬਿਲਕੁਲ ਹੋ ਸਕਦਾ। ਅੱਜ ਕੱਲ੍ਹ ਇਹ ਸੁਣਨ ਨੂੰ ਮਿਲਦਾ ਕਿ AI ਬੜੀ ਖਤਰਨਾਕ ਹੈ। ਕਿੰਨੀ ਕੁ ਖਤਰਨਾਕ? ਕਈ ਜਿਹੜੇ ਵਾਇਰਲ ਜਿੱਦਾਂ MMS ਹੋਏ ਨੇ, ਤਾਂ ਉਹਨਾਂ ਨੇ ਵੀ ਕਲੇਮ ਕੀਤਾ ਕਿ ਸਾਡੀ ਵੀਡੀਓ ਨਹੀਂ ਸੀ, ਹਾਲਾਂਕਿ ਉਹਨਾਂ ਦੀ ਵੀਡੀਓ ਨਿਕਲੀ, ਪਰ ਉਹਨਾਂ ਨੇ ਕਿਹਾ ਵੀ AI ਸੀਗੀ। ਵਾਕਈ ਵੀ ਇੱਦਾਂ ਹੋ ਸਕਦਾ ਕਿ ਕਿਸੇ ਦੀ ਵੀਡੀਓ ਹੋਵੇ ਅਤੇ ਕਿਸੇ ਦਾ ਮੂੰਹ ਲੱਗ ਜਾਵੇ? ਜੇ ਹੁਣ ਆਪਾਂ ਸਕੈਮ ਦੀ ਗੱਲ ਕਰੀਏ ਤਾਂ ਇਹ ਵੀ ਕੇਸ ਦੇਖੇ ਨੇ ਕਿ ਬਿਨਾਂ OTP ਤੋਂ ਵੀ ਬੈਂਕ ਖਾਲੀ ਹੁੰਦੇ ਦੇਖੇ ਨੇ। ਕਈ ਇੱਦਾਂ ਦੇ ਕੇਸਿਸ ਹੈ ਜਿਹਦੇ ਵਿੱਚ OTP ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਹੋ ਸਕਦਾ ਮੈਂ ਉਹਨਾਂ ਵਿੱਚ ਚੇਕ ਹੋਵਾਂ, ਮੇਰਾ ਚੈੱਕ ਕਰੋ ਜੀ। ਤੁਸੀਂ ਆਪਣੀ ਮੇਲ ID ਬੋਲਿਓ, ਲੋਡ ਹੋ ਰਿਹਾ ਆਲੂ। ਸੋ ਆਹ ਦੇਖੋ ਇਹਦੇ ਵਿੱਚ ਆ ਰਿਹਾ ਕਿਤੇ ਜ਼ਰੂਰ ਪਿਆ ਹੋਊਗਾ ਡੇਟਾ। ਡੋਮੀਨੋਜ਼ ਨੇ ਤੁਹਾਡੀ ਮੇਲ ID, ਤੁਹਾਡਾ ਨਾਮ, ਤੁਹਾਡਾ ਫੋਨ ਨੰਬਰ, ਤੁਹਾਡੇ ਘਰ ਦਾ ਐਡਰੈਸ ਐਂਡ ਤੁਸੀਂ ਕੀ ਪਰਚੇਜ਼ ਕੀਤਾ ਸੀਗਾ। ਇਹ ਵੀ ਮੈਂ ਸੁਣਿਆ ਲੋਕਾਂ ਤੋਂ, ਆਮ ਲੋਕ ਇਹ ਵੀ ਕਹਿੰਦੇ ਨੇ ਕਿ ਮੰਨ ਲਓ ਕਿ ਮੈਂ ਫੋਨ ਇੱਦਾਂ ਰੱਖਤਾ, ਇੱਥੇ ਫੋਨ ਮੇਰਾ ਨੈੱਟ ਆਨ ਹੈ, ਆਪਾਂ ਜੋ ਗੱਲਬਾਤ ਕਰਦੇ ਪਏ ਕਿਸੇ ਬ੍ਰਾਂਡ ਦੇ ਬਾਬਤ ਗੱਲਬਾਤ ਕਰਦੇ ਪਏ ਜਾਂ ਕੋਈ ਵੀ ਗੱਲ ਕਰਦੇ ਪਏ ਹਾਂ, ਤਾਂ ਸਾਡੀ ਜਿਹੜੀ ਗੱਲਬਾਤ ਇੱਥੇ ਫੋਨ ਦੇ ਵਿੱਚ ਜਾ ਰਹੀ ਹੈ ਅਤੇ ਹੈਕਰਸ ਸੁਣ ਰਹੇ ਆ। ਅੱਜ ਦਾ ਯੁੱਗ ਜਿਹੜਾ ਆ ਇੰਟਰਨੈੱਟ ਦਾ ਯੁੱਗ ਹੈ, ਅਤੇ ਇਸ ਯੁੱਗ ਦੇ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਹੁੰਦੇ ਨੇ ਜਾਂ ਕਲਾਕਾਰ ਹੁੰਦੇ ਨੇ, ਅਦਾਕਾਰ ਹੁੰਦੇ ਨੇ, ਕਈ ਵਾਰ ਉਹਨਾਂ ਦੀਆਂ ਜਿਹੜੀਆਂ ਪਰਸਨਲ ਵੀਡੀਓਜ਼ ਹੁੰਦੀਆਂ ਨੇ ਉਹ ਲੀਕ ਹੋ ਜਾਂਦੀਆਂ ਨੇ। ਕਿਵੇਂ ਹੁੰਦੀਆਂ ਨੇ, ਇਸ ਬਾਬਤ ਗੱਲਬਾਤ ਕਰਾਂਗੇ। AI ਕਿੰਨੀ ਕੁ ਖਤਰਨਾਕ ਹੈ, ਇਸ ਬਾਬਤ ਗੱਲਬਾਤ ਕਰਾਂਗੇ। ਹੋਰ ਕਿੰਨੇ ਹੀ ਮੁੱਦੇ ਨੇ, ਸਾਰੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਅਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਰਹਿਣਗੇ ਸਾਈਬਰ ਐਕਸਪਰਟ ਪਲਵਿੰਦਰ ਸਿੰਘ। ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ TV 'ਤੇ। ਸ਼ੁਕਰੀਆ ਜੀ, ਬਹੁਤ ਬਹੁਤ ਦੈਨਿਕ ਸਵੇਰਾ ਐਂਡ ਸਾਰੀ ਟੀਮ ਦਾ। ਕਿਵੇਂ ਹੋ? ਬਹੁਤ ਅੱਛੇ ਜੀ, ਵਧੀਆ, ਬਹੁਤ ਵਧੀਆ। ਅਤੇ ਸਭ ਤੋਂ ਪਹਿਲਾ ਸਵਾਲ ਬਾਈ ਜੀ, ਕੋਈ ਵੀ ਇਨਫਲੂਐਂਸਰ ਹੁੰਦਾ, ਕੋਈ ਵੀ ਅਦਾਕਾਰ ਹੁੰਦਾ, ਐਕਟਰ, ਸਿੰਗਰ, ਕੋਈ ਵੀ, ਕਈ ਵਾਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਲੀਕ ਹੋ ਜਾਂਦੀਆਂ ਨੇ ਜਾਂ MMS ਲੀਕ ਹੋ ਜਾਂਦੇ ਨੇ। ਪਿੱਛੇ ਜੇ ਕੁੱਲੜ ਪੀਜ਼ੇ ਦਾ ਜਿਹੜਾ MMS ਲੀਕ ਹੋਇਆ ਸੀ, ਉਸ ਤੋਂ ਬਾਅਦ ਇੱਕ ਕੁੜੀ ਹੈ ਰਾਮਗੜੀਆ ਕਰਕੇ ਇਨਫਲੂਐਂਸਰ, ਉਹਦਾ ਵੀ MMS ਲੀਕ ਹੋਇਆ। ਸੋ ਇਹ ਚੀਜ਼ਾਂ ਹੁੰਦੀਆਂ ਕਿਵੇਂ ਨੇ, ਜਾਣ ਕੇ ਕਰਦੇ ਨੇ ਜਾਂ ਫਿਰ ਵਾਕਈ ਚੀਜ਼ਾਂ ਲੀਕ ਹੋ ਜਾਂਦੀਆਂ ਨੇ? ਦੇਖੋ ਜੀ, ਇਹ ਹੈਗਾ ਡਿਜੀਟਲ ਯੁੱਗ, ਜਿੱਦਾਂ ਕਿ ਤੁਸੀਂ ਸ਼ੁਰੂਆਤ ਵਿੱਚ ਕਿਹਾ, ਇਹਦੇ ਵਿੱਚ ਜੋ ਵੀ ਡੇਟਾ ਅਸੀਂ ਇੱਕ ਵਾਰੀ ਆਪਣੇ ਡਿਜੀਟਲ ਡਿਵਾਈਸਿਸ ਦੇ ਵਿੱਚ ਰਿਕਾਰਡ ਕਰ ਲਈਏ, ਉਹ ਡੇਟਾ ਡਿਲੀਟ ਕਰਨਾ ਬੜਾ ਮੁਸ਼ਕਿਲ ਹੈ। ਹੁੰਦਾ ਕਿ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿ ਡੇਟਾ ਇੰਟਰਨੈੱਟ 'ਤੇ ਆਇਆ ਕਿੱਦਾਂ। ਆਪਾਂ ਨੋਰਮਲੀ ਕੋਈ ਫੋਟੋ ਕਲਿੱਕ ਕਰਦੇ ਹਾਂ ਫੋਨ ਵਿੱਚ ਜਾਂ ਕੋਈ ਸੌਂਗ ਡਾਊਨਲੋਡ ਕਰ ਲਿਆ ਜਾਂ ਕੋਈ ਵੀਡੀਓ ਸ਼ੂਟ ਕਰ ਲਈ, ਹੁਣ ਉਹ ਸਾਡੇ ਫੋਨ ਦੇ ਵਿੱਚ ਡੇਟਾ ਐਂਡ ਅਸੀਂ ਕਿਸੇ ਨਾਲ ਉਹ ਸ਼ੇਅਰ ਨਹੀਂ ਕੀਤਾ, ਸਾਡਾ ਪਰਸਨਲ ਡੇਟਾ। ਹੁਣ ਇਹ ਲੀਕ ਕਿੱਦਾਂ ਹੁੰਦਾ, ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ। ਜਿੱਦਾਂ ਕਿ ਮੈਂ ਸਭ ਤੋਂ ਪਹਿਲਾਂ ਕਾਰਨ ਇਹਦਾ ਜੇ ਸ਼ੇਅਰ ਕਰਾਂ, ਉਹਦੇ ਵਿੱਚ ਹੋ ਸਕਦਾ ਕਿ ਸਾਡਾ ਜੇ ਐਂਡਰੋਇਡ ਫੋਨ ਹੈ, ਐਂਡਰੋਇਡ ਦੇ ਵਿੱਚ ਇੱਕ ਬੜੀ ਅੱਛੀ ਆਪਸ਼ਨ ਹੈ ਕਿ ਤੁਹਾਡੇ ਫੋਨ 'ਚ ਜਿੰਨੀਆਂ ਵੀ ਫੋਟੋਜ਼ ਕਲਿੱਕ ਹੋਣਗੀਆਂ ਜਾਂ ਜੋ ਵੀ ਵੀਡੀਓਜ਼ ਤੁਸੀਂ ਸ਼ੂਟ ਕਰੋਗੇ, ਉਹ ਗੂਗਲ ਡਰਾਈਵ ਦੇ ਵਿੱਚ ਜਾ ਕੇ ਅਪਲੋਡ ਹੋਣਗੀਆਂ। ਹੁਣ ਗੂਗਲ ਡਰਾਈਵ ਨੂੰ ਚਲਾਉਣ ਦੇ ਲਈ ਤੁਹਾਡੀ ਈਮੇਲ ID ਤਾਂ ਤੁਹਾਡਾ ਪਾਸਵਰਡ ਚਾਹੀਦਾ ਹੈ।
ਮਤਲਬ ਤੁਸੀਂ ਕਲਿੱਕ ਤਾਂ ਆਪਣੇ ਮੋਬਾਈਲ ਵਿੱਚ ਫੋਟੋ ਕੀਤੀ, ਪਰ ਤੁਹਾਡੀ ਈਮੇਲ ਆਈ ਡੀ ਐਂਡ ਪਾਸਵਰਡ ਕਿਸੇ ਹੋਰ ਕੋਲ ਹੈ, ਐਂਡ ਉਹ ਸਾਰਾ ਡੇਟਾ ਤੁਹਾਡੀ ਜੀਮੇਲ ਦੇ ਵਿੱਚ ਗੂਗਲ ਡਰਾਈਵ ਦੇ ਵਿੱਚ ਜਾ ਕੇ ਅਪਲੋਡ ਹੋ ਰਿਹਾ, ਐਂਡ ਉਹ ਡਾਇਰੈਕਟਲੀ ਕੋਈ ਪਰਸਨ ਉਹਨੂੰ ਦੇਖ ਰਿਹਾ, ਸਾਨੂੰ ਲੱਗ ਰਿਹਾ ਫੋਨ ਸਾਡੇ ਫੋਨ ਵਿੱਚ ਡੇਟਾ, ਐਂਡ ਸੇਮ ਚੀਜ਼ ਹੈਗੀ ਆਈਫੋਨਸ ਦੇ ਲਈ। ਆਈਫੋਨਸ ਦੇ ਵਿੱਚ ਜੇ ਆਪਾਂ ਕੋਈ ਫੋਟੋ ਕਲਿੱਕ ਕਰੀਏ ਉਹਦਾ ਸਾਰਾ ਡੇਟਾ ਆਈਕਲਾਊਡ 'ਤੇ ਅਪਲੋਡ ਹੋ ਰਿਹਾ ਜਦੋਂ ਤੱਕ ਅਸੀਂ ਖੁਦ ਉਹਨੂੰ ਆਫ ਨਾ ਕਰੀਏ। ਇੱਦਾਂ ਦਾ ਕੇਸ ਕਾਫੀ ਸਾਲ ਪਹਿਲਾਂ ਵੀ ਦੇਖਣ ਨੂੰ ਮਿਲੇ ਸੀਗੇ, ਜਿਹਦੇ ਵਿੱਚ ਬਹੁਤ ਸਾਰੀ ਸੈਲੀਬ੍ਰਿਟੀਜ਼ ਦਾ ਫੋਨ ਦਾ ਆਈਫੋਨਸ ਦਾ ਡੇਟਾ, ਉਹ ਪਰਸਨਲ ਡੇਟਾ, ਪਰਸਨਲ ਪਿਕਚਰਸ ਉਹਨਾਂ ਦੀਆਂ ਸਾਰੀਆਂ ਇੰਟਰਨੈਟ 'ਤੇ ਲੀਕ ਹੋਈਆਂ ਸੀਗੀਆਂ। ਉਹ ਕੇਸ ਨੂੰ ਨਾਮ ਦਿੱਤਾ ਗਿਆ ਸੀ ਫੈਪਨਿੰਗ। ਇਹ 2015 ਜਾਂ 2016 ਦੀ ਗੱਲ ਹੈ। ਉਹਦੇ ਵਿੱਚ ਬਹੁਤ ਸਾਰਾ ਇੰਪੋਰਟੈਂਟ ਡੇਟਾ, ਐਂਡ ਇੱਦਾਂ ਦੇ ਜਿੱਦਾਂ ਦੇ ਕੇਸ ਤੁਸੀਂ ਹੁਣੇ ਡਿਸਕਸ ਕਰ ਰਹੇ ਹੋ ਸਕਦਾ ਇਹਨਾਂ ਦੇ ਕੇਸਿਸ ਵਿੱਚ ਵੀ ਕੋਈ ਇਹਨਾਂ ਦੀ ਪਰਸਨਲ ਇਨਫੋਰਮੇਸ਼ਨ ਜਾਂ ਆਈ ਡੀ ਪਾਸਵਰਡ ਕਿਸੇ ਕੋਲ ਹੋਵੇ ਜਿਹਦੇ ਥਰੂ ਡੇਟਾ ਲੀਕ ਹੋਇਆ। ਸੈਕਿੰਡ ਹੋਰ ਆਪਸ਼ਨ ਹੋ ਸਕਦੀ ਹੈ ਕਿ ਜਿਹਦੇ ਵਿੱਚ ਕਿ ਆਪਾਂ ਨੋਰਮਲੀ ਕੀ ਕਰਦੇ ਹਾਂ, ਕੋਈ ਆਪਾਂ ਵੀਡੀਓ ਕਲਿੱਕ ਕਰ ਲਈ ਜਾਂ ਕੋਈ ਫੋਟੋ ਕਲਿੱਕ ਕਰ ਲਈ, ਉਸ ਤੋਂ ਬਾਅਦ ਸਾਡਾ ਡੇਟਾ ਸਾਡੇ ਫੋਨ 'ਚ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੇ। ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਜਦੋਂ ਫੋਨ ਵੇਚੀਦੇ ਹਾਂ ਅਸੀਂ ਨੋਰਮਲੀ ਸੋਚੀਦਾ ਕਿ ਉਹਨੂੰ ਆਪਾਂ ਫਾਰਮੈਟ ਕਰ ਦਈਏ, ਜਾਂ ਮੈਮਰੀ ਕਾਰਡ ਹੈ ਜਾਂ ਕੋਈ ਵੀ ਮੈਮਰੀ ਡਿਵਾਈਸ ਹੈ, ਚਾਹੇ ਹਾਰਡ ਡਿਸਕ ਹੈ ਚਾਹੇ ਪੈਨ ਡਰਾਈਵ ਹੈ, ਉਹਨੂੰ ਆਪਾਂ ਫਾਰਮੈਟ ਕਰਕੇ ਦੂਜੇ ਪਰਸਨ ਨੂੰ ਹੈਂਡ ਓਵਰ ਕਰ ਦਿੱਤਾ। ਮੈਂ ਇੱਕ ਬੜਾ ਇੰਪੋਰਟੈਂਟ ਮੈਸੇਜ ਹੈ ਸਾਰਿਆਂ ਨੂੰ ਦਵਾਂਗਾ ਕਿ ਕਦੀ ਵੀ ਆਪਣੇ ਜਿਹੜੇ ਮੈਮਰੀ ਡਿਵਾਈਸਿਸ ਹੈ, ਚਾਹੇ ਉਹ ਮੈਮਰੀ ਕਾਰਡ ਹੈ, ਪੈਨ ਡਰਾਈਵ ਹੈ, ਹਾਰਡ ਡਿਸਕ ਹੈ, ਈਵਨ ਫੋਨ ਦੀ ਇੰਟਰਨਲ ਮੈਮਰੀ, ਉਹਨੂੰ ਇਕੱਲੇ ਫਾਰਮੈਟ ਕਰਨ ਨਾਲ ਇਹ ਨਾ ਸਮਝੋ ਕਿ ਉਹਦਾ ਡੇਟਾ ਡਿਲੀਟ ਹੋ ਗਿਆ। ਇੱਕ ਵਾਰੀ ਇਹਨੂੰ ਜ਼ਰੂਰ ਪੜੋ ਕਿ ਡੇਟਾ ਰਿਕਵਰ ਵੀ ਹੁੰਦਾ ਹੈ, ਇਹਨੂੰ ਡੇਟਾ ਫੋਰੈਂਸਿਸ ਕਿਹਾ ਜਾਂਦਾ ਹੈ। ਮਤਲਬ ਥੋੜਾ ਰੁਕਣਾ ਚਾਹੂੰਗਾ ਵੀ ਪੈਨ ਡਰਾਈਵ ਦੇ ਵਿੱਚੋਂ ਜਾਂ ਫੋਨ ਦੇ ਵਿੱਚੋਂ ਜਦੋਂ ਆਪਾਂ ਕੋਈ ਫਾਰਮੈਟ ਕਰਦੇ ਹਾਂ ਤਾਂ ਉਹ ਡਾਟਾ ਜਿਹੜਾ ਹੁੰਦਾ ਆ ਉਹ ਸਾਰਾ ਪੈਨ ਡਰਾਈਵ ਜਾਂ ਫੋਨ ਦੇ ਵਿੱਚ ਹੀ ਹੁੰਦਾ ਹੈ? ਉਹ ਪੈਨ ਡਰਾਈਵ ਐਂਡ ਫੋਨ ਦੇ ਵਿੱਚ ਹੀ ਉਹਦੇ ਸੈਕਟਰ 'ਚ ਸੇਵ ਹੁੰਦਾ ਹੈ। ਉਹਨੂੰ ਬਹੁਤ ਸਾਰੇ ਅੱਛੇ ਫੋਰੈਂਸਿਕਸ ਟੂਲਸ ਆਉਂਦੇ ਉਹਦੇ ਵਿੱਚ, ਨਾਲ ਉਹ ਡਾਟਾ ਸਾਰਾ ਐਜ਼ ਇਟ ਇਜ਼ ਰਿਕਵਰ ਹੋ ਜੂ। ਹੋ ਸਕਦਾ, ਬਿਲਕੁਲ ਹੋ ਸਕਦਾ। ਮੈਂ ਹੈਰਾਨ ਹੋ ਗਿਆ ਸੁਣ ਕੇ। ਮਤਲਬ ਮੰਨ ਲਓ ਆਪਣੇ ਫੋਨ ਦੇ ਵਿੱਚ ਮੈਂ ਕੋਈ ਹੁਣੇ ਫੋਟੋ ਖਿੱਚੀ, ਮੈਨੂੰ ਫੋਟੋ ਨਹੀਂ ਪਸੰਦ ਆਈ, ਮੈਂ ਡਿਲੀਟ ਕਰਤੀ ਅਤੇ ਦੂਸਰੀ ਐਪਲੀਕੇਸ਼ਨ ਦੇ ਵਿੱਚ ਜਾ ਕੇ ਵੀ ਡਿਲੀਟ ਕਰਤੀ ਜਿੱਥੋਂ ਪ੍ਰੋਪਰ ਹੁੰਦਾ ਹੈ, ਅਤੇ ਉਹ ਦੁਬਾਰਾ ਫੋਟੋ ਆ ਸਕਦੀ ਹੈ? ਬਿਲਕੁਲ ਆ ਸਕਦੀ ਹੈ। ਫੋਨ ਦੇ ਵਿੱਚੋਂ ਹੀ ਇੱਦਾਂ ਆ ਸਕਦੀ ਹੈ ਜਾਂ ਫਿਰ ਕੰਪਿਊਟਰ ਦੇ ਰਾਹੀਂ? ਕੋਈ ਵੀ ਮੈਮਰੀ ਡਿਵਾਈਸ ਹੈ, ਮੈਂ ਇਕੱਲੇ ਫੋਨ ਦੀ ਨਹੀਂ ਗੱਲ ਕਰ ਰਿਹਾ, ਚਾਹੇ ਫੋਨ ਹੈ, ਚਾਹੇ ਤੁਹਾਡਾ ਮੈਮਰੀ ਕਾਰਡ ਹੈ, ਚਾਹੇ ਪੈਨ ਡਰਾਈਵ ਹੈ, ਚਾਹੇ ਹਾਰਡ ਡਿਸਕ ਹੈ, ਉਹਨੂੰ ਆਪਾਂ ਫਾਰਮੈਟ ਕਰ ਦਈਏ ਫਿਰ ਵੀ ਉਹਦਾ ਡੇਟਾ ਰਿਕਵਰ ਹੁੰਦਾ। ਸੋ ਮੈਂ ਲਾਈਕ ਇਹ ਬੜਾ ਇੰਪੋਰਟੈਂਟ ਮੈਸੇਜ ਹੈ ਕਿ ਅਸੀਂ ਕੋਈ ਵੀ ਫੋਟੋ ਜੇ ਕਲਿੱਕ ਕਰਦੇ ਹਾਂ ਜਾਂ ਕੋਈ ਵੀਡੀਓ ਇੱਦਾਂ ਦੀ ਸ਼ੂਟ ਕਰਦੇ ਹਾਂ, ਇਹ ਚੀਜ਼ ਜ਼ਰੂਰ ਮਨ ਵਿੱਚ ਲਾਈਕ ਯਾਦ ਰਹਿਣੀ ਚਾਹੀਦੀ ਹੈ ਕਿ ਇਹ ਆਪਾਂ ਇੱਕ ਮੈਮਰੀ ਸਟੋਰ ਕਰ ਰਹੇ ਹਾਂ, ਅਤੇ ਇਹਨੂੰ ਰਿਮੂਵ ਕਰਨਾ ਬੜਾ ਕੰਪਲੈਕਸ ਕੰਮ ਹੋ ਜਾਣਾ ਬਾਅਦ ਵਿੱਚ। ਇਕੱਲੇ ਡਿਲੀਟ ਕਰਨ ਨਾਲ ਇਹਦਾ ਹੱਲ ਨਹੀਂ ਹੈਗਾ, ਇਹਨੂੰ ਪ੍ਰੋਪਰਲੀ ਇਹਨੂੰ ਵਾਈਪਿੰਗ, ਇਹਨੂੰ ਇਰੇਜ਼ਿੰਗ ਕਰਨੀ ਕਰਵਾਉਣੀ। ਮੈਂ ਹੱਲ ਹੀ ਪੁੱਛਣ ਲੱਗਾ ਸੀਗਾ ਕਿ ਇਹਦਾ ਹੱਲ ਕੀ ਹੈ, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਡਾਟਾ ਜਿਹੜਾ ਸਾਰਾ ਰਿਕਵਰ ਹੋ ਸਕਦਾ ਹੈ, ਡਾਟਾ ਸਾਰਾ ਰਿਕਵਰ ਹੋ ਸਕਦਾ, ਅਤੇ ਹੱਲ ਕੀ ਹੈ ਡਿਲੀਟ, ਪ੍ਰੋਪਰ ਡਿਲੀਟ ਕਰਨ ਦਾ ਹੱਲ ਕੀ ਹੈ? ਦੇਖੋ ਇਹਦੇ ਵਿੱਚ ਕੀ ਹੁੰਦਾ ਆ, ਜਿਹੜਾ ਡੇਟਾ ਅਸੀਂ ਫੋਨ 'ਚੋਂ ਡਿਲੀਟ ਕਰੀਦਾ ਜਾਂ ਮੈਮਰੀ ਡਿਵਾਈਸਿਸ 'ਚੋਂ ਡਿਲੀਟ ਕਰੀਦਾ, ਸਾਡੇ ਮੈਮਰੀ ਡਿਵਾਈਸਿਸ 'ਚ ਸੈਕਟਰਸ ਹੁੰਦੇ, ਉੱਥੇ ਜਾ ਕੇ ਸੇਵ ਹੋ ਜਾਂਦਾ। ਨੋਰਮਲੀ ਅਸੀਂ ਮੈਮਰੀ ਕਾਰਡ ਦੇਖਦੇ ਹਾਂ ਜਾਂ ਪੈਨ ਡਰਾਈਵ ਦੇਖਦੇ ਹਾਂ, ਉਹ ਡੇਟਾ ਬਿਲਕੁਲ ਖਾਲੀ ਦਿਖ ਰਿਹਾ ਕਿ ਪੈਨ ਡਰਾਈਵ ਪੂਰੀ ਖਾਲੀ ਹੈ, ਪਰ ਜਦੋਂ ਆਪਾਂ ਸੈਕਟਰਸ 'ਚੋਂ ਡੇਟਾ ਰਿਮੂਵ ਰਿਕਵਰ ਕਰਨਾ, ਉਹ ਸਾਰਾ ਡੇਟਾ ਐਜ਼ ਇਟ ਇਜ਼ ਆ ਜਾਂਦਾ। ਇਹਦਾ ਹੱਲ ਲਈ ਕੀ ਕੀਤਾ ਜਾਂਦਾ, ਇਹਦੇ ਵਿੱਚ ਜਿਹੜੇ ਸੈਕਟਰਸ ਆ ਜਿੱਥੇ ਡੇਟਾ ਜਾ ਕੇ ਡਿਲੀਟਡ ਡੇਟਾ ਸੇਵ ਹੋ ਜਾਂਦਾ, ਉਹਨੂੰ ਅਸੀਂ ਗਾਰਬੇਜ ਵੈਲਿਊਜ਼, ਗਾਰਬੇਜ ਫਾਈਲਸ ਦੇ ਨਾਲ ਓਵਰਰਾਈਡ ਕਰੀਏ ਕਿ ਤਾਂ ਜੋ ਡੇਟਾ ਦੁਬਾਰਾ ਰਿਕਵਰ ਨਾ ਹੋ ਪਾਏ। ਮੰਨ ਲਓ ਇੱਕ ਆਮ ਬੰਦੇ ਨੇ ਆਪਣਾ ਫੋਨ ਵੇਚਣਾ, ਉਹ ਸਾਰਾ ਡੇਟਾ ਜਿਹੜਾ ਆ ਫਾਰਮੈਟ ਕਰੂਗਾ, ਅਤੇ ਫੋਨ ਜਿੱਦਾਂ ਤੁਸੀਂ ਦੱਸਿਆ ਕਿ ਫਾਰਮੈਟ ਤਾਂ ਕਰ ਦਿੰਦੇ ਹਾਂ ਪਰ ਉਹ ਫਾਰਮੈਟ ਹੁੰਦਾ ਨਹੀਂ, ਹੁਣ ਆਮ ਬੰਦਾ ਜਦੋਂ ਫੋਨ ਵੇਚਣ ਜਾਂਦਾ ਉਹਨੂੰ ਕੀ ਕਰਨਾ ਚਾਹੀਦਾ ਪੂਰਾ ਡਾਟਾ ਰਿਮੂਵ ਕਰਨ ਵਾਸਤੇ? ਸਭ ਤੋਂ ਪਹਿਲਾਂ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਮੈਮਰੀ ਡਿਵਾਈਸਿਸ ਹੈ, ਜਿੰਨੇ ਵੀ ਮੈਮਰੀ ਡਿਵਾਈਸਿਸ ਹੈ, ਇਹ ਸ਼ੇਅਰੇਬਲ ਨਹੀਂ ਹੈਗੇ। ਥੋੜ੍ਹਾ ਮੈਂ ਚਾਹੁੰਦਾ ਕਿ ਦੱਸ ਦਿਉ ਵੀ ਮੈਮਰੀ ਡਿਵਾਈਸਿਸ ਹੁੰਦੇ ਕੀ? ਮੈਮਰੀ ਕਾਰਡ ਹੋ ਗਿਆ, ਪੈਨ ਡਰਾਈਵ ਹੋ ਗਈ, ਹਾਰਡ ਡਿਸਕ ਹੋ ਗਿਆ, ਇਹ ਸ਼ੇਅਰੇਬਲ ਚੀਜ਼ਾਂ ਨਹੀਂ ਹੈਗੀਆਂ। ਇਹ ਨਹੀਂ ਹੈ ਕਿ ਮੈਂ ਵੀ ਯੂਜ਼ ਕਰ ਰਿਹਾ ਉਹ 'ਚ ਆਪਣੀ ਪਰਸਨਲ ਡੇਟਾ ਦੇ ਵਿੱਚ ਯੂਜ਼ ਕਰ ਰਿਹਾ, ਐਂਡ ਉਹੀ ਡੇਟਾ ਮੈਂ ਕਿਸੇ ਫਰੈਂਡ ਨੂੰ ਵੀ ਦੇ ਰਿਹਾ, ਚਾਹੇ ਡਿਲੀਟ ਕਰਕੇ ਦੇ ਰਿਹਾ, ਮੈਂ ਕਿਸੇ ਨੂੰ ਵੀ ਇਹ ਚੀਜ਼ਾਂ ਸ਼ੇਅਰ ਨਹੀਂ ਕਰਨੀਆਂ, ਇਹ ਸ਼ੇਅਰ ਨਹੀਂ।
ਨਹੀਂ ਕਰਨੀਆਂ ਚਾਹੀਦੀਆਂ। ਐਂਡ ਜੇ ਕੋਈ ਤੁਸੀਂ ਮਾਰਕੀਟ ਵਿੱਚ ਫੋਨ ਸੈੱਲ ਕਰ ਰਹੇ ਹੋ ਜਾਂ ਕੋਈ ਵੀ ਇੱਦਾਂ ਕਰ ਰਹੇ ਹੋ, ਮੇਕ ਸ਼ਿਓਰ ਕਿ ਉਹਦੇ ਵਿੱਚ ਕੁਛ ਗਾਰਬੇਜ ਵੈਲਿਊ, ਬਹੁਤ ਸਾਰੇ ਟੂਲਸ ਆਉਂਦੇ ਆ ਕਿ ਆਪ ਸਾਡੀ ਮੈਮਰੀ ਨੂੰ ਓਵਰ ਰਾਈਟ ਕਰਨ ਲਈ ਗਾਰਬੇਜ ਵੈਲਿਊਜ਼ ਨਾਲ, ਉਹ ਜ਼ਰੂਰ ਯੂਜ਼ ਕਰਕੇ ਕਿ ਪੁਰਾਣਾ ਸਾਡਾ ਜਿਹੜਾ ਫਾਰਮੈਟਿਡ ਡੇਟਾ ਹੈ ਉਹ ਰਿਕਵਰ ਨਾ ਹੋ ਪਾਏ, ਉਹਨੂੰ ਅਨਰਿਕਵਰੇਬਲ ਬਣਾਉਣਾ ਚਾਹੀਦਾ ਹੈ। ਜੀ ਬਾਈ ਜੀ, ਇਹ ਤਾਂ ਹੋ ਗਿਆ ਕਿ ਜਦੋਂ ਆਪਾਂ ਕੋਈ ਫੋਟੋ ਖਿੱਚਦੇ ਹਾਂ ਜਾਂ ਵੀਡੀਓ ਖਿੱਚਦੇ ਹਾਂ ਅਤੇ ਉਹ ਲੀਕ ਕਿਵੇਂ ਹੁੰਦੀ ਨੇ। ਹੁਣ ਗੱਲ ਇਹ ਹੈ ਕਿ ਮੰਨ ਲਓ ਕਿ ਮੈਂ ਵੀਡੀਓ ਕਾਲ 'ਤੇ ਲੱਗਾਂ ਕਿਸੇ ਦੇ ਨਾਲ, ਵੀਡੀਓ ਕਾਲ 'ਤੇ ਗੱਲਬਾਤ ਕਰਦਾ ਪਿਆ, ਉਹ ਵੀ ਰਿਕਾਰਡ ਹੋ ਸਕਦੀ ਹੈ? ਦੇਖੋ ਇਹਦੇ ਵਿੱਚ ਕੁਛ ਮੈਂ ਕੰਪਨੀਜ਼ ਦਾ ਨਾਮ ਲਵਾਂਗਾ ਜਿਵੇਂ ਕਿ ਵਟਸਐਪ ਹੈ। ਹੁਣ ਵਟਸਐਪ ਇਹ ਚੀਜ਼ ਕਲੇਮ ਕਰਦੀ ਹੈ, ਜ਼ਰੂਰ ਸਾਰਿਆਂ ਨੇ ਵਟਸਐਪ ਦੇ ਵਿੱਚ ਇੱਕ ਮੈਸੇਜ ਦੇਖਿਆ ਹੋਗਾ, ਉੱਤੇ ਲਿਖਿਆ ਹੁੰਦਾ ਐਂਡ ਟੂ ਐਂਡ ਇਨਕ੍ਰਿਪਸ਼ਨ। ਬਿਲਕੁਲ, ਮੈਂ ਦੇਖਿਆ। ਉਹ ਐਂਡ ਟੂ ਐਂਡ ਇਨਕ੍ਰਿਪਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਵੀ ਤੁਸੀਂ ਗੱਲ ਕਰ ਰਹੇ ਹੋ ਜਾਂ ਜੋ ਵੀ ਤੁਸੀਂ ਮੈਸੇਜ ਭੇਜ ਰਹੇ ਹੋ, ਚਾਹੇ ਵੀਡੀਓ ਕਾਲ ਹੈ ਜਾਂ ਆਡੀਓ ਕਾਲ ਹੈ, ਤੁਹਾਡੇ ਦੋਨੋਂ ਪਰਸਨ ਤੋਂ ਇਲਾਵਾ ਥਰਡ ਪਰਸਨ ਕੋਈ ਨਹੀਂ ਸੁਣ ਸਕਦਾ, ਨਾ ਕੋਈ ਦੇਖ ਸਕਦਾ। ਕੋਈ ਨਾ ਇੱਧਰ ਕੋਈ ਏਜੰਸੀ, ਨਾ ਇੱਧਰ ਕੋਈ ਵਟਸਐਪ ਵਾਲੇ, ਨਾ ਇੱਧਰ ਕੋਈ ਹੈਕਰ, ਕੋਈ ਪਰਸਨ ਉਹਨੂੰ ਨਹੀਂ ਦੇਖ ਸਕਦਾ। ਇਹ ਵਟਸਐਪ ਦੀ ਐਂਡ ਟੂ ਐਂਡ ਇਨਕ੍ਰਿਪਸ਼ਨ ਪਾਲਿਸੀ ਹੈ ਕਿ ਸਾਰਾ ਡੇਟਾ ਇਨਕ੍ਰਿਪਟਿਡ ਹੋ ਕੇ ਜਾਂਦਾ, ਚਾਹ ਕੇ ਵੀ ਕੋਈ ਉਹਨੂੰ ਦੇਖ ਨਹੀਂ ਸਕਦਾ ਡੇਟਾ ਨੂੰ, ਰਾਈਟ। ਹੁਣ ਉਹਦੇ ਵਿੱਚ ਕੀ ਹੁੰਦਾ, ਹੁਣ ਉਹ ਜੇ ਵੀਡੀਓ ਕਾਲ 'ਤੇ ਗੱਲ ਚੱਲ ਰਹੀ ਹੈ, ਠੀਕ ਹੈ, ਉਹਦੇ ਵਿੱਚ ਦੋ ਹੀ ਆਪਸ਼ਨਸ ਹੈ ਕਿ ਤੁਹਾਡੀ ਵੀਡੀਓ ਕਾਲ ਰਿਕਾਰਡ ਹੋ ਰਹੀ ਹੈ, ਇਹ ਦੋਨੋਂ ਐਂਡ ਪੁਆਇੰਟਸ ਹੀ ਹੋ ਸਕਦੇ ਆ ਕਿ ਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜਾਂ ਤਾਂ ਤੁਸੀਂ ਆਪਣੀ ਸਕਰੀਨ ਰਿਕਾਰਡਿੰਗ ਕਰ ਲਈ ਜਾਂ ਮੈਂ ਆਪਣੀ ਸਕਰੀਨ ਰਿਕਾਰਡਿੰਗ ਕਰ ਲਈ, ਇਨ ਬਿਟਵੀਨ ਥਰਡ ਪਰਸਨ ਉਹਨੂੰ ਰਿਕਾਰਡ ਨਹੀਂ ਕਰ ਸਕਦਾ, ਨਹੀਂ ਕਰ ਸਕਦਾ, ਮਤਲਬ ਇਹ ਸੇਫ ਆ, ਇਹ ਸੇਫ ਆ ਜੀ। ਅੱਛਾ ਬਈ, ਅੱਜ ਕੱਲ੍ਹ ਇਹ ਸੁਣਨ ਨੂੰ ਮਿਲਦਾ ਕਿ AI ਬੜੀ ਖਤਰਨਾਕ ਹੈ, ਕਿੰਨੀ ਕੁ ਖਤਰਨਾਕ ਹੈ AI? ਦੇਖੋ, ਜਿੰਨੀ ਜ਼ਿਆਦਾ ਸਮਝਾਂਗੇ ਉਨੀ ਪਤਾ ਲੱਗੂਗੀ ਕਿ ਜਿੰਨੀ ਕਿੰਨੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਕਈ ਜਿਹੜੇ ਵਾਇਰਲ ਜਿੱਦਾਂ MMS ਹੋਏ ਨੇ ਤਾਂ ਉਹਨਾਂ ਨੇ ਵੀ ਕਲੇਮ ਕੀਤਾ ਕਿ ਸਾਡੀ ਵੀਡੀਓ ਨਹੀਂ ਸੀ, ਹਾਲਾਂਕਿ ਉਹਨਾਂ ਦੀ ਵੀਡੀਓ ਨਿਕਲੀ, ਪਰ ਉਹਨਾਂ ਨੇ ਇਹ ਕਿਹਾ ਵੀ AI ਸੀਗੀ। ਵਾਕਈ ਵੀ ਇੱਦਾਂ ਹੋ ਸਕਦਾ ਕਿ ਕਿਸੇ ਦੀ ਵੀਡੀਓ ਹੋਵੇ ਅਤੇ ਕਿਸੇ ਦਾ ਮੂੰਹ ਲੱਗ ਜਾਵੇ? ਪਹਿਲਾਂ ਥੋੜ੍ਹਾ ਜਿਹਾ ਮੈਂ ਥੋੜ੍ਹੇ ਸਾਲ ਪਿੱਛੇ ਦੀ ਜੇ ਗੱਲ ਕਰਾਂ, ਉਦੋਂ ਹੁੰਦਾ ਸੀ ਫੋਟੋਸ਼ੋਪ। ਫੋਟੋਸ਼ੋਪ ਬੜਾ ਇੱਕ ਪਾਪੂਲਰ ਟੂਲ ਹੈ, ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਬਾਡੀ ਕਿਸੇ ਦੀ ਲਗਾ ਕੇ ਫੇਸ ਕਿਸੇ ਹੋਰ ਦਾ ਲਗਾ ਦਿੰਦੇ ਸੀਗੇ, ਰਾਈਟ। ਉਹਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਸੀਗੀਆਂ ਕਿ ਉਹਦੀ ਗਰਦਨ ਤੋਂ ਪਤਾ ਲੱਗ ਰਿਹਾ ਸੀਗਾ ਕਿ ਉਹ ਫੋਟੋ ਵੱਖਰੀ ਵੱਖਰੀ ਲਗਾਈ ਹੋਈ ਹੈ, ਫੇਸ ਦਾ ਰੰਗ ਕੁਛ ਹੋਰ ਆ ਰਿਹਾ, ਫੇਸ ਦਾ ਰੰਗ ਕੁਛ ਹੋਰ ਆ ਰਿਹਾ, ਬੈਕਗਰਾਉਂਡ ਰੰਗ ਹੋ ਰਿਹਾ, ਉਹ ਮੈਚ ਨਹੀਂ ਪਤਾ ਲੱਗ ਜਾਂਦਾ ਸੀਗਾ। ਪਰ ਜਦੋਂ ਤੇ ਹੁਣ ਆਪਾਂ AI ਟੈਕਨੋਲੋਜੀ ਵਿੱਚ ਐਂਟਰ ਕਰ ਰਹੇ ਹਾਂ, AI ਕੀ ਚੀਜ਼ ਹੈ? ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਜੋ ਕੰਮ ਹਿਊਮਨ ਇੰਟੈਲੀਜੈਂਸ ਕਰਦੀ ਸੀ ਉਹਦੇ ਵਿੱਚ ਕਮੀਆਂ ਰਹਿ ਗਈਆਂ, ਫੋਟੋਸ਼ਾਪ ਦੇ ਵਿੱਚ ਰਹਿ ਗਈਆਂ, ਉਹ ਕਿਤੇ ਰੰਗ ਮੈਚ ਨਹੀਂ ਕੀਤਾ ਜਾਂ ਕਿਤੇ ਉਹ ਗਰਦਨ ਥੋੜ੍ਹੀ ਜਿਹੀ ਸਾਈਡ ਨੂੰ ਮੂਵ ਹੋ ਗਈ, ਉਹ ਲਾਈਕ ਉਹਦੇ ਐਂਗਲ ਮੈਚ ਮੈਨੂਅਲੀ ਕਰਦੇ ਸੀਗੇ, ਮੈਨੂਅਲੀ ਕਰ। ਉਹ ਚੀਜ਼ ਹੁਣ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਲੈ ਕੇ, ਹੁਣ ਜੇ ਮੈਂ ਜਿਵੇਂ ਵੀਡੀਓਜ਼ ਦੀ ਗੱਲ ਕਰਾਂ ਜਿਹਦੇ ਵਿੱਚ ਤੁਸੀਂ ਕਹਿ ਰਹੇ ਕਿ ਫੇਸ ਕਿਸੇ ਹੋਰ ਦਾ ਲੱਗ ਜਾਏ ਜਾਂ ਬਾਡੀ ਕਿਸੇ, ਇਹਨੂੰ ਟੈਕਨੀਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ, ਡੀਪ ਫੇਕ। ਇਹ ਡੀਪ ਫੇਕ ਇੰਨੀ ਖਤਰਨਾਕ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰੀ ਬਿਲਕੁਲ ਲਾਈਕ ਹੁਣ ਕੱਲ੍ਹ ਨੂੰ ਵੀਡੀਓ ਆਉਣ ਤੋਂ ਬਾਅਦ ਹੋ ਸਕਦਾ ਕਿ ਮੇਰਾ ਇੰਨਾ ਪਾਰਟ ਕੋਈ ਹੋਰ ਹੋਵੇ, ਐਂਡ ਆ ਫੇਸ ਕਿਸੇ ਬੋਆਏ ਦਾ ਹੋਵੇ ਜਾਂ ਕਿਸੇ ਗਰਲ ਦਾ ਹੋਵੇ, ਐਂਡ ਉਹ ਇੱਦਾਂ ਹੀ ਜਿੱਦਾਂ ਮੇਰੀ ਲਿਪਸ ਮੂਵਮੈਂਟ ਹੈ, ਮੇਰੀ ਆਈਜ਼ ਮੂਵਮੈਂਟ ਹੈ, ਮੇਰੀ ਸਮਾਈਲ ਹੈ, ਜਾਂ ਮੈਂ ਗੁੱਸੇ 'ਚ ਬੋਲ ਰਿਹਾ ਹਾਂ, ਉੱਦਾਂ ਹੀ ਮੇਰੇ ਐਕਸਪ੍ਰੈਸ਼ਨ ਤੱਕ ਵੀ ਮੈਚ ਹੋਊਗੇ। ਮਤਲਬ ਜੇ ਉਹਦਾ ਫੇਸ ਕਿਸੇ ਹੋਰ ਦਾ ਲੱਗੂਗਾ, ਉਹ ਆਈਜ਼ ਬਲਿੰਕ ਵੀ ਕਰੂੰਗੀਆਂ, ਜੇ ਮੇਰਾ ਹੈੱਡ ਇੱਧਰ ਉੱਧਰ ਮੂਵ ਹੋ ਰਿਹਾ ਉਹ ਮੂਵ ਵੀ ਹੋਊਗਾ, ਸਮਾਈਲ ਵੀ ਹੋਊਗੀ, ਲਿਪਸ ਮੂਵਮੈਂਟ ਵੀ ਮੇਰੇ ਇਹਦੇ ਨਾਲ ਮੈਚ ਕੀਤੀ ਜਾਊਗੀ। ਰਸ਼ਮਿਕਾ ਦਾ ਵੀ ਇੱਕ ਆਇਆ ਸੀਗਾ, ਇੱਕ ਵੀਡੀਓ ਆਇਆ ਸੀ ਰਸ਼ਮਿਕਾ ਮੰਦਾਨਾ ਜੀ ਐਕਟਰਸ, ਅਤੇ ਉਹਨਾਂ ਨੇ ਵੀ ਬਾਅਦ ਵਿੱਚ ਦੱਸਿਆ ਸੀ ਕਿ AI ਹੈ, ਇਹ AI ਹੈ, ਇਹਨੂੰ ਡੀਪ ਫੇਕ ਹੈ। ਇਹ ਡੀਪ ਫੇਕ ਇਹਦੇ ਵਿੱਚ ਬਹੁਤ ਨੇ ਫੀਲ ਕੀਤਾ ਕਿ ਇਹ ਬਹੁਤ ਡੇਂਜਰਸ ਚੀਜ਼ ਹੈ, ਕਿ ਇਹਦੇ ਵਿੱਚ ਕੋਈ ਜਦੋਂ ਤੱਕ ਉਹ ਪਰਸਨ ਖੁਦ ਨਹੀਂ ਦੱਸਦਾ, ਕੋਈ ਹੋਰ ਉਹਨੂੰ ਨਹੀਂ ਮਨਵਾ ਸਕਦਾ ਕਿ ਇਹ ਤੇਰੀ ਵੀਡੀਓ ਹੈ ਜਾਂ ਨਹੀਂ ਹੈ।
ਮਤਲਬ ਇੰਨੀ ਜ਼ਿਆਦਾ ਐਕੂਰੇਟ, ਇੰਨੀ ਜ਼ਿਆਦਾ ਇਹ ਡੇਂਜਰਸ ਹੈ। ਸੋਨੂ ਸੀਤੂਵਾਲੇ ਦੀ ਕਾਫੀ ਵੀਡੀਓਸ ਆਈਆਂ, ਉਹਨਾਂ ਦਾ ਫੇਸ ਲੱਗਾ ਹੈ ਬਹੁਤ ਸਾਰੇ ਇਦਾਂ ਦੇ, ਉਹਦੇ ਵਿੱਚ ਤਾਂ ਫਿਰ ਵੀ ਲਾਈਕ ਇੰਨੀ ਪਰਫੈਕਸ਼ਨ ਨਹੀਂ ਹੈ, ਬਟ ਡੀਪ ਫੇਕ ਇੱਕ ਬੜਾ ਹੀ ਹੈ। ਇਹਦੇ ਬਹੁਤ ਸਾਰੇ ਸੈਂਪਲ ਵੀਡੀਓਜ਼ ਹੈ ਕਿ ਕੁਛ ਦੇਰ ਪਹਿਲਾਂ ਯੂਐਸ ਪ੍ਰੈਜ਼ੀਡੈਂਟ ਦੀ ਇੱਕ ਵੀਡੀਓ, ਇੱਦਾਂ ਹੀ ਸੈਂਪਲ ਕਿਸੇ ਰਿਸਰਚਰ ਨੇ ਇੱਕ ਸੈਂਪਲ ਵੀਡੀਓ ਲਾਂਚ ਕੀਤੀ ਸੀਗੀ ਕਿ ਇੱਕ ਯੂਐਸ ਪਾਸਟ ਪ੍ਰੈਜ਼ੀਡੈਂਟ ਬਾਰਾਕ ਓਬਾਮਾ ਕਿ ਉਹ ਕੁਛ ਬੋਲ ਰਿਹਾ, ਉਹਦੇ ਵਿੱਚ ਉਹ ਕੁਛ ਬੋਲ ਨਹੀਂ ਰਿਹਾ ਸੀ, ਬਸ ਉਹਨੇ ਐਜ਼ ਅ ਐਗਜ਼ਾਮਪਲ ਸ਼ੋਅ ਕੀਤੀ ਕਿ ਹਾਊ ਡੇਂਜਰਸ ਇਟ ਇਜ਼ ਲਾਈਕ ਇਫ ਐਨੀਬਡੀ ਵਿਲ ਬੀ ਯੂਜ਼ਿੰਗ ਕਿਸੇ ਦਾ ਫੇਸ ਇੱਦਾਂ। ਹਾਂ, ਸਿੱਕੇ ਦੇ ਕਹਿੰਦੇ ਵੀ ਦੋ ਪਹਿਲੂ ਹੁੰਦੇ ਨੇ ਜੀ, ਚੰਗਾ ਵੀ ਅਤੇ ਮਾੜਾ ਵੀ। ਬਿਲਕੁਲ, ਜੇ ਏ ਆਈ ਇੰਨਾ ਕੁਝ ਕਰ ਰਹੀ ਹੈ, ਕਿਸੇ ਦਾ ਫੇਸ ਕਿਤੇ 'ਤੇ ਲਾਤਾ, ਅਤੇ ਇਹਦੇ ਫਾਇਦੇ ਕੀ ਨੇ, ਇਹਦੇ ਨੁਕਸਾਨ ਤਾਂ ਤੁਸੀਂ ਮੈਨੂੰ ਲੱਗਦਾ ਦੱਸ ਹੀ ਦਿੱਤੇ ਨੇ, ਪਰ ਫਿਰ ਵੀ ਮੈਂ ਚਾਹੁੰਦਾ ਕਿ ਇੱਕ ਵਾਰੀ ਫਿਰ ਦੱਸ ਦਿੱਤਾ ਜਾਵੇ, ਫਾਇਦੇ ਕੀ ਨੇ, ਨੁਕਸਾਨ ਕੀ ਨੇ। ਦੇਖੋ, ਇਹਦੇ ਏ ਆਈ ਇੱਕ ਬਹੁਤ ਬਰੋਡ ਟਰਮ ਹੈ, ਇਹਦੇ ਵਿੱਚ ਆਪਾਂ ਸਿਰਫ ਇੱਕ ਟੋਪਿਕ ਦੀ ਗੱਲ ਕਰ ਰਹੇ ਹਾਂ, ਡੀਪ ਫੇਕ, ਜਿਹਦੇ ਵਿੱਚ ਕਿਸੇ ਦਾ ਫੇਸ ਕਿਤੇ ਯੂਜ਼ ਕੀਤਾ। ਇਹਦੀ ਟੈਕਨੋਲੋਜੀ, ਡੀਪ ਫੇਕ ਦੀ ਟੈਕਨੋਲੋਜੀ ਮੂਵੀਜ਼ ਵਿੱਚ ਯੂਜ਼ ਹੋ ਸਕਦੀ ਹੈ ਕਿ ਕੋਈ ਹੀਰੋ ਜਾਂ ਕੋਈ ਐਕਟਰ ਹੈ ਉਹ ਸਟੰਟ ਨਹੀਂ ਕਰ ਰਿਹਾ, ਉਹਦੀ ਜਗ੍ਹਾ ਕਿਸੇ ਹੋਰ ਤੋਂ ਸਟੰਟ ਕਰਵਾਇਆ ਜਾ ਰਿਹਾ ਜਿਹੜਾ ਐਕਸਪਰਟ ਹੈ ਉਸ ਚੀਜ਼ ਦੇ ਵਿੱਚ, ਤਾਂ ਉਹਦਾ ਫੇਸ ਯੂਜ਼ ਕਰਕੇ ਉਹਦੀ ਵੀਡੀਓ ਕਲਿਪਸ ਲਏ ਜਾ ਸਕਦੇ ਆ। ਐਂਡ ਏ ਆਈ ਦੇ ਵਿੱਚ ਬਹੁਤ ਅੱਛੀਆਂ ਚੀਜ਼ਾਂ, ਜਿਵੇਂ ਕਿ ਤੁਸੀਂ ਸੁਣਿਆ ਜ਼ਰੂਰ ਹੋਏਗਾ ਕਿ ਕਾਰਸ ਆ ਰਹੀਆਂ ਡਰਾਈਵਰਲੈਸ ਕਾਰ ਕਰਦੇ ਆ, ਠੀਕ ਹੈ। ਇੱਕ ਅਗਰ ਹਿਊਮਨ ਡਰਾਈਵ ਕਰਦਾ, ਉਹਦੇ ਅੱਗੇ ਕੋਈ ਓਬਜੈਕਟ ਆ ਜਾਵੇ, ਤਾਂ ਹਿਊਮਨ ਨੇਚਰ ਕੀ ਕਰਦਾ, ਹਿਊਮਨ ਇੰਟੈਲੀਜੈਂਸ ਕਹਿੰਦੀ ਬ੍ਰੇਕ ਲਗਾ ਲਓ ਕਿ ਅੱਗੇ ਕੋਈ ਓਬਜੈਕਟ ਆ ਗਿਆ, ਕੋਈ ਬੱਚਾ ਆ ਗਿਆ, ਕੋਈ ਵਹੀਕਲ ਆ ਗਿਆ ਜਾਂ ਕੁਛ ਆ ਗਿਆ। ਇਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਹੋ ਸਕਦਾ ਕਿ ਹਿਊਮਨ ਦੇ ਵਿੱਚ ਲਾਈਕ ਉਹਦਾ ਧਿਆਨ ਕਿਸੇ ਇੱਧਰ ਉੱਧਰ ਹੋਵੇ, ਜਾਂ ਮੇ ਬੀ ਉਹ ਮੈਂਟਲੀ ਸਟੇਬਲ ਨਾ ਹੋਵੇ, ਮੇ ਬੀ ਉਹ ਥੋੜ੍ਹਾ ਜਿਹਾ ਟਾਇਰਡ ਹੋਵੇ ਜਾਂ ਨੀਂਦ ਆ ਰਹੀ ਹੋਵੇ। ਮਤਲਬ ਜਦੋਂ ਤੱਕ ਉਹ ਹਿਊਮਨ ਡਿਸੀਜ਼ਨ ਨਹੀਂ ਲਏਗਾ ਬ੍ਰੇਕ ਲਗਾਉਂਦਾ, ਉਹ ਬ੍ਰੇਕ ਨਹੀਂ ਲੱਗਣੀ। ਹੁਣ ਏ ਆਈ ਦੇ ਵਿੱਚ ਕੀ ਹੈ, ਏ ਆਈ ਦੇ ਵਿੱਚ ਜਿਵੇਂ ਤੁਸੀਂ ਕੰਪਨੀ ਸੁਣੀ ਬਹੁਤ ਅੱਛੀ, ਟੈਸਲਾ ਹੈ, ਬਹੁਤ ਸਾਰੀ ਅੱਛੀ ਅੱਛੀ ਕੰਪਨੀਜ਼ ਹੈ ਜਿਨ੍ਹਾਂ ਨੇ ਇੱਦਾਂ ਦੇ ਵਹੀਕਲਸ ਲਾਂਚ ਕੀਤੇ ਆ, ਉਹਦੇ ਵਿੱਚ ਏ ਆਈ ਦੇ ਅਕੋਰਡਿੰਗਲੀ ਅੰਦਰ ਅੱਗੇ ਸੈਂਸਰਸ ਲਗਾ ਦਿੱਤੇ ਆ, ਅਤੇ ਹੁਣ ਹਿਊਮਨ ਅਗਰ ਬ੍ਰੇਕ ਨਹੀਂ ਲਗਾਊਗਾ ਨਾ, ਅੱਗੇ ਕੋਈ ਓਬਜੈਕਟ ਆ ਗਿਆ, ਤਾਂ ਉਹ ਆਰਟੀਫਿਸ਼ਲ ਇੰਟੈਲੀਜੈਂਸ ਆਟੋਮੈਟਿਕਲੀ ਸੈਂਸਰਸ ਤੋਂ ਜੱਜ ਕਰੇਗੀ ਕਿ ਮੇਰੇ ਇੰਨੀ ਦੂਰ ਓਬਜੈਕਟ ਆ ਚੁੱਕਾ ਹੈ, ਅਤੇ ਉਹ ਬ੍ਰੇਕ ਲੱਗੇਗੀ, ਆਪਣੇ ਆਪ ਬ੍ਰੇਕ ਲੱਗੇਗੀ, ਉਹ ਆਰਟੀਫਿਸ਼ਲ ਇੰਟੈਲੀਜੈਂਸ ਹੈ। ਇੱਦਾਂ ਹੀ ਲਾਈਕ ਜਿਵੇਂ ਰੂਮਸ ਦੇ ਵਿੱਚ ਆਪਾਂ ਲਾਈਟਸ ਔਨ ਕਰੀ ਦੀਆਂ, ਸਾਨੂੰ ਫੀਲ ਹੋ ਰਿਹਾ ਕਿ ਇੱਥੇ ਲਾਈਟ ਨਹੀਂ ਹੈਗੀ, ਹਨੇਰਾ ਆ, ਅਸੀਂ ਹਿਊਮਨ ਇੰਟੈਲੀਜੈਂਸ ਕੀ ਕਹਿੰਦੀ ਹੈ, ਇੱਥੇ ਆ ਕੇ ਲਾਈਟ ਦਾ ਬਟਨ ਸਵਿੱਚ ਔਨ ਕਰੀਏ ਕਿ ਹਨੇਰਾ ਹੈ। ਉਹ ਹੀ ਆਰਟੀਫਿਸ਼ਲ ਇੰਟੈਲੀਜੈਂਸ ਕੀ ਕਹਿੰਦੀ ਹੈ ਕਿ ਜੇ ਹਨੇਰਾ ਹੋ ਰਿਹਾ ਤਾਂ ਆਟੋਮੈਟਿਕਲੀ ਲਾਈਟਸ ਔਨ ਹੋਣੀਆਂ ਚਾਹੀਦੀਆਂ। ਫਾਇਦੇ ਵੀ ਬਹੁਤ ਨੇ ਅਤੇ ਨੁਕਸਾਨ, ਫਾਇਦੇ ਵੀ ਬਹੁਤ ਨੇ। ਬਿਲਕੁਲ ਬਾਈ ਜੀ, ਇਹ ਵੀ ਕੇਸ ਆਪਾਂ ਦੇਖੇ ਆ, ਜੇ ਹੁਣ ਆਪਾਂ ਸਕੈਮ ਦੀ ਗੱਲ ਕਰੀਏ ਤਾਂ ਇਹ ਵੀ ਕੇਸ ਦੇਖੇ ਨੇ ਕਿ ਬਿਨਾਂ ਓ ਟੀ ਪੀ ਤੋਂ ਵੀ ਬੈਂਕ ਖਾਲੀ ਹੁੰਦੇ ਦੇਖੇ ਨੇ, ਲੋਕਾਂ ਦੇ ਜਿਹੜੇ ਖਾਤੇ ਨੇ ਉਹ ਖਤਮ ਹੁੰਦੇ, ਉਹ ਬੰਦ ਹੁੰਦੇ ਦੇਖੇ ਨੇ, ਉਹ ਤੋਂ ਵਿੱਚੋਂ ਪੈਸੇ ਨਿਕਲਦੇ ਦੇਖੇ ਨੇ। ਸੋ ਇਹ ਪੋਸੀਬਲ ਵਾਕਿਆ ਹੈ? ਦੇਖੋ, ਇਹਦੇ ਵਿੱਚ ਬੈਂਕ ਦੀਆਂ ਕੁਝ ਪੋਲਿਸੀਜ਼ ਹੈ, ਕਈ ਇੱਦਾਂ ਦੇ ਕੇਸਿਸ ਹੈ ਜਿਹਦੇ ਵਿੱਚ ਓ ਟੀ ਪੀ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਪਿੰਨ ਦੀ ਰਿਕੁਆਇਰਮੈਂਟ ਹੈ ਜਾਂ ਕਾਰਡਸ ਦੀ ਰਿਕੁਆਇਰਮੈਂਟ ਹੈ ਜਾਂ ਕਿਸੇ ਹੋਰ ਥਰਡ ਪਾਰਟੀ ਚੀਜ਼ ਦੀ ਰਿਕੁਆਇਰਮੈਂਟ ਹੈ। ਜੇ ਮੈਂ ਸਪੈਸੀਫਿਕ ਓ ਟੀ ਪੀ ਵਰਡ ਲਵਾਂ, ਉਹਦੇ ਵਿੱਚ ਕਈ ਵਾਰੀ ਰਿਕੁਆਇਰਮੈਂਟ ਨਹੀਂ, ਕਈ ਵਾਰੀ ਓ ਟੀ ਪੀ ਲਿਆ ਜਾਂਦਾ ਬਟ ਡਾਇਰੈਕਟਲੀ ਨਹੀਂ ਲਿਆ ਜਾਂਦਾ, ਕਿ ਜਿਹੜਾ ਵਿਕਟਿਮ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਓ ਟੀ ਪੀ ਦੇ ਚੁੱਕਾ। ਮੈਂ ਛੋਟੀ ਜਿਹੀ ਇਗਜ਼ਾਮਪਲ ਦੇਵਾਂਗਾ, ਕੁਛ ਦਿਨਾਂ ਤੋਂ ਇੱਕ ਬੜਾ ਪਾਪੂਲਰ ਸਕੈਮ ਚੱਲ ਰਿਹਾ ਇੰਡੀਆ ਪੋਸਟ ਦੇ ਨਾਮ 'ਤੇ। ਇੰਡੀਆ ਪੋਸਟ ਯੂਜ਼ ਹੁੰਦੀ ਹੈ ਕਿ ਜੇ ਮੈਂ ਕੋਈ ਕੋਰੀਅਰ ਕਰਵਾਉਣਾ ਇੰਡੀਆ ਤੋਂ ਜਾਂ ਮੈਂ ਕੈਨੇਡਾ ਭਿਜਵਾਉਣਾ ਜਾਂ ਕਿਸੇ ਵੀ ਦੇਸ਼ ਭਿਜਵਾਉਣਾ, ਜਿਵੇਂ ਕਿ ਹੁਣ ਬੜਾ ਪਾਪੂਲਰ ਇੱਕ ਰੱਖੜੀ ਸੀਜ਼ਨ ਚੱਲ ਰਿਹਾ ਪੰਜਾਬ ਲਈ ਜਾਂ ਪੂਰੇ ਇੰਡੀਆ ਲਈ ਗੱਲ ਕਰਾਂ, ਤਾਂ ਬਹੁਤ ਸਾਰੀਆਂ ਸਿਸਟਰਸ ਜਾਂ ਬ੍ਰਦਰਸ ਹੈ ਜਿਹਨਾਂ ਕੋਲ ਪਾਰਸਲਸ ਆ ਰਹੇ ਆ ਜਾਂ ਜਾ ਰਹੇ ਆ। ਹੁਣ ਉਹਨਾਂ ਨੂੰ ਲਾਈਕ ਰੈਂਡਮਲੀ ਹਰ ਇੱਕ ਲੋਕ ਨੂੰ ਮੈਸੇਜ ਆ ਰਿਹਾ ਕਿ ਤੁਸੀਂ ਕੋਈ ਪਾਸਟ 'ਚ ਕੋਰੀਅਰ ਕੀਤਾ ਸੀ, ਹਰ ਇੱਕ ਨੇ ਕੋਈ ਨਾ ਕੋਈ ਕੋਰੀਅਰ ਇੱਕ ਅੱਧਾ ਕੀਤਾ ਹੁੰਦਾ, ਅੱਜ ਨਹੀਂ ਤਾਂ ਅੱਜ ਤੋਂ 6 ਮਹੀਨੇ ਪਹਿਲਾਂ, 1 ਸਾਲ ਪਹਿਲਾਂ ਮੈਂ ਕੋਰੀਅਰ ਕੀਤਾ ਹੋਊਗਾ। ਉਹਦੇ ਵਿੱਚ ਕੀ ਆ ਰਿਹਾ ਕਿ ਤੁਸੀਂ ਕੋਰੀਅਰ ਕੀਤਾ ਸੀਗਾ ਅਤੇ ਤੁਹਾਡਾ ਕੋਰੀਅਰ ਡਿਲੀਵਰ ਨਹੀਂ ਹੋ ਪਾਇਆ, ਠੀਕ ਹੈ। ਉਹ ਤਾਂ ਇਹ ਨਹੀਂ ਦੱਸਿਆ ਕਿੱਥੇ ਕੋਰੀਅਰ ਕੀਤਾ ਸੀ, ਕਿਹਨੂੰ ਕੋਰੀਅਰ ਕੀਤਾ ਸੀਗਾ, ਇੱਕ ਰੈਂਡਮ ਮਤਲਬ ਹਵਾ 'ਚ ਤੀਰ ਮਾਰਿਆ। ਉਹਦੇ ਵਿੱਚ ਇੱਕ ਕੋਰੀਅਰ ਕੀਤਾ ਸੀ, ਉਹ ਡਿਲੀਵਰ ਨਹੀਂ ਹੋ ਪਾਇਆ, ਅਤੇ ਜੇ ਉਹਨੂੰ ਡਿਲੀਵਰ ਕਰਵਾਉਣਾ ਚਾਹੁੰਦੇ ਹੋ ਲਿੰਕ 'ਤੇ ਕਲਿੱਕ ਕਰੋ।
ਹੁਣ ਦੇਖੋ ਜੇ ਕਿਸੇ ਨੇ ਕੋਰੀਅਰ, ਦੇਖੋ ਇੰਨੇ ਕੋਰੀਅਰਸ ਹਰ ਦਿਨ ਗੌਰਮੈਂਟ ਕਰ ਰਹੀ ਹੈ, ਇੰਡੀਅਨ ਇੰਡੀਆ ਪੋਸਟ ਡਿਲੀਵਰ ਕਰਵਾਉਂਦੀ ਹੈ, ਉਹ ਰੈਂਡਮਲੀ ਜੇ ਮੈਂ ਕੋਈ ਕੋਰੀਅਰ ਪਿਛਲੇ ਮਹੀਨੇ ਵੀ ਕੀਤਾ ਹੋਊਗਾ ਤਾਂ ਵੀ ਮੇਰੇ ਮਾਇੰਡ 'ਚ ਹੈਗਾ ਸ਼ਾਇਦ ਉਹ ਡਿਲੀਵਰ ਨਹੀਂ ਹੈ, ਮੈਂ ਲਿੰਕ 'ਤੇ ਕਲਿੱਕ ਕਰਕੇ ਦੇਖਦਾ। ਕਲਿੱਕ ਕਰਨ ਤੋਂ ਬਾਅਦ ਉਹ ਕੀ ਕਰ ਰਿਹਾ, ਮੈਂ ਕੇਸ ਡਿਸਕਸ ਕਰ ਰਿਹਾ ਕਿ OTP ਤੋਂ ਬਿਨਾਂ ਫਰੋਡ ਕਿੱਦਾਂ ਹੋ ਰਿਹਾ। ਹੁਣ ਇਹਦੇ ਵਿੱਚ ਉਹ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਕੀ ਹੋ ਰਿਹਾ, ਉਹ ਸਾਡੇ ਤੋਂ ਸਾਡਾ ਨਾਮ ਪੁੱਛਦੇ ਆ, ਘਰ ਦਾ ਐਡਰੈਸ ਪੁੱਛਦੇ ਆ, ਮੇਰਾ ਫੋਨ ਨੰਬਰ, ਮੇਲ ID, ਉਹ ਸਾਰਾ ਡੇਟਾ ਮੇਰੇ ਤੋਂ ਮੰਗਿਆ ਜਾਂਦਾ। ਐਂਡ ਜਿੱਦਾਂ ਹੀ ਮੈਂ ਸਬਮਿਟ ਕਰਦਾ ਹਾਂ, ਉਸ ਤੋਂ ਬਾਅਦ ਉਹ ਪੇਜ 'ਤੇ ਆ ਰਿਹਾ ਸੀਗਾ ਕਿ ਤੁਸੀਂ ਇਹਨੂੰ ₹25 ਪੇ ਕਰਨੇ ਆ, ਐਂਡ ਤੁਹਾਡਾ ਜਿਹੜਾ ਕੋਰੀਅਰ ਹੈ ਦੁਬਾਰਾ ਡਿਲੀਵਰ ਕੀਤਾ ਜਾਏਗਾ। ਮੇਰੇ ਫਰੈਂਡਸ ਦੇ ਨਾਲ ਵੀ ਇੱਕ ਹੋਇਆ ਸੀ, ਇੱਦਾਂ ਦੇ ਬਹੁਤ ਸਾਰੇ ਕੇਸ ਹੈ, ਬਹੁਤ ਸਾਰੇ ਵਿਊਅਰਸ ਦੇਖ ਰਹੇ ਹੋਣਗੇ। ਇਸ ਚੀਜ਼ ਤੋਂ ਬਚਣਾ ਚਾਹੀਦਾ, ਤੁਹਾਨੂੰ ਬਿਲਕੁਲ ਪੇ ਨਹੀਂ ਕੁਝ ਕਰਨਾ ਚਾਹੀਦਾ। ਇਹਦੇ ਵਿੱਚ ਅਮਾਊਂਟਸ ਜਿਹੜੇ ਸਕੈਮਰਸ ਹੈ ਨਾ, ਅਮਾਊਂਟਸ ਮੰਗਣਗੇ ਕਿ ₹10 ਪੇ ਕਰਨੇ ਆ, ₹2 ਪੇ ਕਰਨੇ, ਬਿਲਕੁਲ ਇਦਾਂ ਹੁੰਦਾ, ₹5 ਪੇ ਕਰਨੇ। ਬਟ ਹੁੰਦਾ ਕੀ ਹੈ, ਇੰਡੀਆ ਪੋਸਟ ਵਾਲੇ ਦੇ ਜਿਹੜਾ ਸਕੈਮ ਹੈ ਉਹਦੇ ਵਿੱਚ ਵੀ ਕੇਸ ਹੀ ਹੋਇਆ, ਉਹਦੇ ਵਿੱਚ ₹25 ਦੇ ਨਾਮ 'ਤੇ ਤੁਹਾਡੇ ਤੋਂ ₹25 ਪੇ ਨਹੀਂ ਕਰਵਾਉਣੇ, ਹੁਣੇ ਵੀ ਨਹੀਂ ਪੇ ਹੋਣਾ, ਕੀ ਹੈ ਖਾਤਾ ਖਾਲੀ ਕਿੱਦਾਂ ਹੋਣਾ। ਇੱਥੇ ਟਵਿਸਟ ਹੈ, ਤੁਹਾਡੇ ਤੋਂ ਤੁਹਾਡੇ ATM ਕਾਰਡ ਦੀਆਂ ਡਿਟੇਲਸ ਮੰਗਣੀਆਂ। ਅੱਛਾ, ਕਿ ਜਿਹੜੇ 25 ਪੇ ਹੋਣੇ ਆ ਉਹ ਤੁਹਾਡੇ ਕਿਸੇ ਹੋਰ ਮੋਡ ਆਫ ਪੇਮੈਂਟ ਤੋਂ ਨਹੀਂ ਹੋਣੇ, ਤੁਹਾਡੇ ਕਾਰਡ ਤੋਂ ਹੋਣੇ। ਜੇ ਕਾਰਡ ਦੀਆਂ, ਜਿੰਨੇ ਵੀ ਵਿਊਅਰਸ ਆ ਮੈਂ ਉਹਨਾਂ ਲਈ ਵੀ ਕਹਿ ਰਿਹਾ ਕਿ ਜੇ ਕਾਰਡ ਦੀਆਂ ਤੁਸੀਂ 3 ਡਿਟੇਲਸ ਕਿਸੇ ਨਾਲ ਵੀ ਸ਼ੇਅਰ ਕਰਤੀਆਂ ਨਾ, ਇੱਕ ਤਾਂ ਕਾਰਡ ਦਾ ਨੰਬਰ, ਕਾਰਡ ਦਾ ਐਕਸਪਾਇਰੀ ਡੇਟ ਐਂਡ ਕਾਰਡ ਦਾ CVV, ਜੇ ਇਹ 3 ਡਿਟੇਲਸ ਕਿਸੇ ਨਾਲ ਵੀ ਸ਼ੇਅਰ ਕਰਤੀਆਂ, ਤੁਹਾਡੇ ਖਾਤੇ 'ਚੋਂ ਪੈਸੇ ਜਾਣਗੇ। ਇਹ ਤਾਂ ਇਹੀ ਮੇਨ ਚੀਜ਼ਾਂ ਨੇ, ਇਹੀ 3 ਮੇਨ ਚੀਜ਼ਾਂ। ਐਂਡ ਜੇ ਇਹ ਸੋਚ ਰਹੇ ਹੋ ਕਿ ਪਲਵਿੰਦਰ ਨੇ ਇਹ ਨਹੀਂ ਬੋਲਿਆ ਕਿ ਪਿੰਨ ਨਹੀਂ ਬੋਲਿਆ ਜਾਂ OTP ਨਹੀਂ ਬੋਲਿਆ, ਬਹੁਤ ਸਾਰੇ ਇੱਦਾਂ ਦੇ ਪੇਮੈਂਟ ਗੇਟਵੇਜ਼ ਹੈ ਜਾਂ ਬਹੁਤ ਸਾਰੇ ਇੱਦਾਂ ਦੀਆਂ ਨੇਸ਼ਨਸ ਹੈ, ਜਦੋਂ ਆਪਾਂ ਪੇਮੈਂਟ ਉੱਥੇ ਕਰੀਦੀ ਹੈ ਉੱਥੇ OTP ਨਹੀਂ ਆਉਂਦਾ, ਤਾਂ ਸਕੈਮਰਸ ਵੀ ਇਹ ਕਰਦੇ ਆ, ਤੁਹਾਡਾ ਕਾਰਡ ਇੰਡੀਆ ਤੋਂ ਪਿੱਕ ਕਰਕੇ ਉਹ ਕਿਸੇ ਦੂਸਰੇ ਨੇਸ਼ਨ 'ਚ ਉਹਨੂੰ ਯੂਜ਼ ਕਰ ਲੈਂਦੇ। ਅਤੇ ਅੱਜ ਕੱਲ੍ਹ ਇੱਕ ਹੋਰ ਸਕੈਮ ਜਿਹੜਾ ਚੱਲਦਾ ਪਿਆ, ਕੋਈ ਫੁੱਫੜ ਬਣ ਜਾਂਦਾ, ਕੋਈ ਮਾਸੜ ਬਣ ਜਾਂਦਾ, ਪਹਿਲਾਂ 5 ਮਿੰਟ ਗੱਲ ਕਰਦਾ ਵੀ ਤੂੰ ਮੈਨੂੰ ਪਛਾਣਿਆ ਨਹੀਂ, ਬਿਲਕੁਲ, ਅਤੇ ਜਦੋਂ ਪਛਾਣਿਆ ਵੀ ਤਾਂ ਮੈਨੂੰ ਲੋੜ ਆ ਪੈਸਿਆਂ ਦੀ ਜੀ। ਇਹ ਸਭ ਤੋਂ ਪਹਿਲਾਂ ਮੁੱਦਾ ਤਾਂ ਇਹ ਆ ਕਿ ਸਾਡੇ ਜਿਹੜੇ ਨੰਬਰ ਨੇ ਆਮ ਲੋਕਾਂ ਦੇ ਜੀ, ਉਹ ਕਿਸ ਤਰ੍ਹਾਂ ਇਹਨਾਂ ਤੋਂ ਜਾਂਦੇ ਨੇ। ਦੇਖੋ, ਡੇਟਾ ਬ੍ਰੀਚ ਜਾਂ ਡੇਟਾ ਲੀਕ ਹੋਣਾ, ਇਹ ਇੱਕ ਬਹੁਤ ਇੱਕ ਰੂਟ ਕੋਜ਼ ਹੈ। ਤੁਸੀਂ ਬਹੁਤ ਵਧੀਆ ਪੁਆਇੰਟ ਚੁੱਕਿਆ, ਕਿਉਂਕਿ ਡੇਟਾ ਹੀ ਨਹੀਂ, ਜੇ ਸਾਡਾ ਲੀਕ ਹੋਊਗਾ ਨਾ, ਸਕੈਮਰਸ ਕੋਲ ਡੇਟਾ ਨਹੀਂ ਪਹੁੰਚੂਗਾ। ਬਿਲਕੁਲ, ਜੇ ਉਹਨਾਂ ਕੋਲ ਡੇਟਾ ਨਹੀਂ ਪਹੁੰਚਿਆ ਤਾਂ ਕਦੀ ਤੁਹਾਡੇ ਨਾਮ ਤੋਂ ਲੈ ਕੇ ਕਾਲ ਨਹੀਂ ਕਰੂਗੇ। ਬਿਲਕੁਲ, ਨਾਮ ਲੈਂਦੇ ਨੇ, ਉਮਰ ਦੱਸਦੇ ਨੇ, ਇਹ ਵੀ ਦੱਸਦੇ ਨੇ ਵੀ ਤੁਸੀਂ ਕਿੱਥੇ ਰਹਿ ਰਹੇ ਹੋ, ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ, ਸਭ ਕੁਝ ਦੱਸਦੇ। ਫਿਰ ਵੀ ਘੱਟ ਇਨਫੋਰਮੇਸ਼ਨ ਹੈ ਕਿ ਜਿਹੜਾ ਡੇਟਾ ਸਾਡਾ ਲੀਕ ਹੁੰਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾਂਗਾ, ਮੰਨ ਲਓ ਕਿ ਅਸੀਂ ਕਿਸੇ ਫੂਡ ਆਰਡਰ, ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਥੇ, ਔਨਲਾਈਨ ਅਸੀਂ ਫੂਡ ਆਰਡਰ ਕਰੀਦਾ ਕਿਸੇ ਵੀ ਕੰਪਨੀ ਤੋਂ ਕਰੀਏ, ਜੋ ਤੁਸੀਂ ਉਹਦੇ 'ਤੇ ਅਕਾਊਂਟ ਬਣਾਈਦਾ, ਮੰਨ ਲਓ ਕਿ ਤੁਸੀਂ ਫੂਡ ਆਰਡਰ ਕਰਨਾ, ਮੈਂ ਕੰਪਨੀ ਹਾਂ, ਤੁਸੀਂ ਜਦੋਂ ਅਕਾਊਂਟ ਕ੍ਰੀਏਟ ਕਰਨਾ, ਤੁਸੀਂ ਉਹਦੇ 'ਤੇ ਆਪਣਾ ਨਾਮ ਦਿੰਦੇ ਹੋ, ਈਮੇਲ ID ਪ੍ਰੋਵਾਈਡ ਕਰਦੇ ਹੋ, ਆਪਣਾ ਫੋਨ ਨੰਬਰ ਪ੍ਰੋਵਾਈਡ ਕਰਦੇ ਹੋ, ਘਰ ਦਾ ਐਡਰੈਸ ਜਿੱਥੇ ਫੂਡ ਆਰਡਰ ਹੋਣਾ ਚਾਹੀਦਾ, ਠੀਕ ਹੈ, ਜਾਂ ਕੁਛ ਪੇਮੈਂਟ ਲਾਈਕ ਆਪਸ਼ਨ ਹੈਗੀ UPI ਕਰਨਾ ਜਾਂ ਕਿੱਦਾਂ ਪੇਮੈਂਟ ਮੈਂ ਕਰਵਾਉਣੀ ਹੈ, ਉਹ ਸਾਰਾ ਡੇਟਾ ਉਸ ਕੰਪਨੀ ਦੇ ਕੋਲ ਹੈ। ਅੱਛਾ, ਜਿੱਦਾਂ ਮੈਂ ਹਾਂ, ਕਿਉਂਕਿ ਤਾਂ ਹੀ ਤੁਸੀਂ ਰਜਿਸਟਰ ਕਰ ਰਹੇ ਹੋ ਅਕਾਊਂਟ, ਤੁਸੀਂ ਸਾਰਾ ਡੇਟਾ ਕੰਪਨੀ ਨੂੰ ਪ੍ਰੋਵਾਈਡ ਕਰ ਰਹੇ ਹੋ। ਹੁਣ ਹੁੰਦਾ ਕੀ ਹੈ, ਉਹ ਕੰਪਨੀ ਕੋਲ ਕਿੰਨੇ ਯੂਜ਼ਰਸ ਦਾ ਵਰਲਡਵਾਈਡ ਡੇਟਾ ਆ ਗਿਆ, ਇੰਡੀਆ ਦੇ ਵਿੱਚ ਮੈਂ ਗੱਲ ਕਰਾਂ। ਹੁਣ ਉਹ ਕੰਪਨੀ ਉਹ ਡੇਟਾ ਨੂੰ ਪ੍ਰੋਟੈਕਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ, ਹੋ ਸਕਦਾ ਉਹੀ ਕੰਪਨੀ ਨੇ ਡੇਟਾ ਤੁਹਾਡਾ ਇੰਟਰਨੈਟ 'ਤੇ ਲੀਕ ਕਰਤਾ ਹੋਵੇ, ਉਹਨੂੰ ਕਹਿੰਦਾ ਡੇਟਾ ਬ੍ਰੀਚ ਹੋ ਗਿਆ, ਕਿ ਕੰਪਨੀ ਨੇ ਉਹਨੂੰ ਪ੍ਰੋਪਰ ਸਿਕਿਓਰ ਨਹੀਂ ਕੀਤਾ, ਉਹ ਇੰਟਰਨੈਟ 'ਤੇ ਡੇਟਾ ਬ੍ਰੀਚ ਹੋ ਗਿਆ, ਐਂਡ ਤੁਹਾਡੀ ਸਾਰੀ ਪਰਸਨਲ ਇਨਫੋਰਮੇਸ਼ਨ, ਚਾਹੇ ਤੁਹਾਡਾ ਨਾਮ ਹੈ, ਚਾਹੇ ਤੁਹਾਡਾ ਪਾਸਵਰਡ ਹੈ, ਚਾਹੇ ਜੋ ਵੀ ਡੇਟਾ ਤੁਸੀਂ ਉਹ ਕੰਪਨੀ ਨੂੰ ਪ੍ਰੋਵਾਈਡ ਕੀਤਾ ਸੀ। ਮੰਨ ਲਓ ਕਿ ਆਰਡਰ ਕਰਨਾ, ਮੈਂ ਐਗਜ਼ਾਮਪਲ ਲਵਾਂਗਾ ਡੋਮੀਨੋਜ਼ ਦੀ, 2021 ਦੇ ਵਿੱਚ ਡੋਮੀਨੋਜ਼ ਬੜੀ ਪਾਪੂਲਰ ਕੰਪਨੀ ਹੈ, ਉਹ ਕੰਪਨੀਜ਼ ਨੇ ਲਾਈਕ ਕਿੰਨੇ ਲੋਕ ਆਰਡਰ ਕਰਦੇ ਆ ਕਿ ਅਸੀਂ ਕਿਹੜਾ ਪੀਜ਼ਾ ਖਾਣਾ, ਕਿਹੜੇ ਘਰ 'ਤੇ ਡਿਲੀਵਰ ਹੋਣਾ ਚਾਹੀਦਾ, ਮੇਰਾ ਨਾਮ ਕੀ ਹੈ ਜਾਂ ਮੈਂ ਲਾਈਕ ਐਡਰੈਸ ਕੀ, ਸਾਰਾ ਕੁਛ। ਉਹ 2021 ਦੇ ਵਿੱਚ 22 ਮਿਲੀਅਨ ਇੰਡੀਅਨਸ ਦਾ ਡੇਟਾ ਲੀਕ ਹੋ ਗਿਆ। ਹੋ ਸਕਦਾ ਮੈਂ ਉਹਨਾਂ ਵਿੱਚ ਇੱਕ ਹੋਵਾਂ, ਮੇਰਾ ਚੈੱਕ ਕਰੋ,
ਨਹੀਂ ਕਰ ਸਕਦੇ ਆਪਾਂ, ਬਿਲਕੁਲ ਕਰ ਸਕਦੇ ਹਾਂ, ਕੋਈ ਵੀ ਯੂਜ਼ਰ ਕਰ ਸਕਦਾ। ਮੈਂ ਚਲੋ ਆਪਣੀ ਈਮੇਲ ਆਈ ਡੀ ਤੁਹਾਨੂੰ ਦੱਸਦਾ, ਆਪਾਂ ਹੁਣੇ ਚੈੱਕ ਕਰ ਲੈਂਦੇ ਹਾਂ, ਮੈਂ ਜ਼ਰੂਰ ਇਹਨੂੰ ਦਿਖਾਊਂਗਾ। ਤੁਸੀਂ ਆਪਣੀ ਈਮੇਲ ਆਈ ਡੀ ਬੋਲਿਓ, @gmail.com। ਚਲੀਏ, ਇੱਕ ਬੜੀ ਇੱਕ ਬਹੁਤ ਲਾਈਵ ਪ੍ਰੈਕਟੀਕਲੀ ਹੋ ਗਿਆ ਸਾਰਿਆਂ ਦੇ ਲਈ ਕਿ ਆਪਾਂ ਚੈੱਕ ਕਰਦੇ ਹਾਂ ਕਿ ਤੁਹਾਡੀ ਮੇਲ ਆਈ ਡੀ ਤੋਂ ਅੱਜ ਤੱਕ ਕਦੀ ਡੇਟਾ ਕੋਈ ਬ੍ਰੀਚ ਹੋਇਆ, ਜਾਂ ਕੋਈ ਕੰਪਨੀ ਨੂੰ ਤੁਸੀਂ ਆਪਣੀ ਮੇਲ ਆਈ ਡੀ ਦਿੱਤੀ ਹੋਵੇ ਉਹਦੇ ਤੋਂ ਬ੍ਰੀਚ ਹੋਇਆ ਕਿ ਨਹੀਂ। ਲੋਡ ਹੋ ਰਿਹਾ, ਆ ਲਓ, ਸੋ ਆਹ ਦੇਖੋ ਇਹਦੇ ਵਿੱਚ ਆ ਰਿਹਾ ਕਿ ਇਹ ਡੇਟਾ ਕਿ ਕੈਮਰੇ ਤੇ ਦਿਖਾਇਆ ਜਾਵੇ ਇੱਕ ਵਾਰ। ਮੈਂ ਉੱਠ ਕੇ ਦਿਖਾ ਦਾਂ, ਜਾਂ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ। ਤੁਸੀਂ ਕੈਮਰਾ ਘੁਮਾ ਦਿਓ ਇਸ ਵਾਲੇ ਕੈਮਰੇ ਤੇ ਆ ਜਾਣਾ, ਤੁਸੀਂ ਇੱਧਰ ਦਿਖਾ ਦਿਓ। ਓਕੇ, ਉੱਧਰ ਇਹ ਮੇਰੀ ਮੇਰਾ ਡਾਟਾ ਹੈ, ਤੁਹਾਡੀ ਮੇਲ ਆਈ ਡੀ ਹੈ ਜੀ, ਬਿਲਕੁਲ ਇਹ ਵੀ ਜ਼ੂਮ ਹੋ ਰਹੀ ਜੀ, ਪ੍ਰੋਪਰ ਦਿਖਾ ਦਿਓ ਜੀ। ਤਿੰਨ ਵਾਰ ਇਹ 'ਚ ਆ ਰਿਹਾ। ਮੈਂ ਕੰਪਨੀਆਂ ਦੇ ਵੀ ਨਾਮ ਲਵਾਂਗਾ ਕਿ ਕਿਹੜੀ ਕੰਪਨੀਆਂ ਨੇ ਤੁਹਾਡਾ ਡੇਟਾ ਬ੍ਰੀਚ ਕੀਤਾ, ਮਤਲਬ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿਸੇ ਦਾ। ਦੇਖੋ, ਜਦੋਂ ਅਸੀਂ ਡੇਟਾ ਦੇ ਰਹੇ ਹਾਂ ਅਤੇ ਉਹ ਡੇਟਾ ਉਹਨਾਂ ਕੋਲ ਜਾ ਕੇ ਸਟੋਰ ਹੁੰਦਾ। ਆ ਦੇਖਿਓ ਇਹਦੇ ਵਿੱਚ ਆ 3 ਆ ਰਹੀਆਂ ਸੀਗੀਆਂ ਕੰਪਨੀਜ਼ ਜੀ, ਕਿ ਆ ਰਿਹਾ 3 ਕੰਪਨੀਆਂ ਦਾ ਡੇਟਾ, ਐਂਡ ਕਿਹੜੀ ਕਿਹੜੀ ਕੰਪਨੀ ਆ ਜਿਹਨੇ ਤੁਹਾਡਾ ਡੇਟਾ ਬ੍ਰੀਚ ਕੀਤਾ। ਆ ਲੋਗੋ ਜ਼ਰੂਰ ਡੋਮੀਨੋਸ, ਦੇਖ ਲਓ, ਮੈਂ ਇਹਦੀ ਹੀ ਗੱਲ ਕਰ ਰਿਹਾ, ਮੈਂ ਕਹਿੰਦਾ ਦਿਖਾ ਦਿਓ ਲੱਗੇ ਕਰਕੇ, ਟਿਲ ਡਾਊਨ ਕਰ ਦਿਓ ਥੋੜ੍ਹਾ, ਡੋਮੀਨੋਸ, ਅਤੇ ਉਸ ਤੋਂ ਬਾਅਦ ਇੱਦੀ ਹੋਰ ਕੋਈ ਕੰਪਨੀਜ਼ ਆ ਰਹੀਆਂ ਹੋ ਗਈਆਂ, ਕਰ ਦਿਓ ਹੋਰ ਉੱਪਰ ਕਰ ਦਿਓ, ਇਹ ਡਬ ਸਮੈਸ਼, ਹਾਂ ਇੱਕ ਹੋਰ ਲੋਗੋ ਆ ਰਿਹਾ ਤੁਹਾਡੇ ਅੱਗੇ, ਮਤਲਬ ਮੇਰਾ ਡਾਟਾ 3 ਵਾਰ ਲੀਕ ਹੋਇਆ। ਹੁਣ ਤੀਜੀ ਕੰਪਨੀ ਵੀ ਦੇਖਦੇ ਹਾਂ ਕਿ ਕਿਹੜੀ ਹੈ, ਇਹ ਤਾਂ 2 ਆ ਗਈਆਂ, ਬਿਲਕੁਲ, ਹੁਣ ਤੀਜੀ ਕੰਪਨੀ ਦਾ ਵੀ ਦੇਖਦੇ ਹਾਂ, ਇਹ ਕਿਹੜੀ ਕੰਪਨੀ ਹੈ, ਇਹ ਤੀਜੀ ਕੰਪਨੀ ਹੈ, ਕੋਈ ਮੀਮ ਚੈਟ ਹੈ, ਕੋਈ ਸਮਥਿੰਗ, ਕੋਈ ਮੀਮਸ ਜਾਂ ਕੁਛ ਕੰਟੈਂਟ ਬਣਾਉਣ ਦੀ ਕੋਈ ਵੈਬਸਾਈਟ ਹੋਏਗੀ ਮੇ ਬੀ। ਇਹ ਡੇਟਾ ਬ੍ਰੀਚ ਹੋਇਆ ਸੀਗਾ 2022 ਦੇ ਵਿੱਚ, ਐਂਡ ਹੋਇਆ ਕਿੱਦਾਂ ਡੇਟਾ ਬ੍ਰੀਚ, ਇਹ ਡੋਮੀਨੋਜ਼ ਦਾ ਡੇਟਾ ਜੋ ਬ੍ਰੀਚ ਹੋਇਆ 2021 ਤੋਂ ਪਹਿਲਾਂ ਜਿੰਨੇ ਵੀ ਯੂਜ਼ਰਸ ਨੇ ਡੋਮੀਨੋਜ਼ 'ਤੇ ਔਡਰ ਕੀਤਾ ਹੋਇਆ ਸੀਗਾ, ਠੀਕ ਹੈ, ਉਹ ਸਾਰਾ ਡੇਟਾ ਡੋਮੀਨੋਜ਼ ਦੇ ਡੇਟਾ ਬੇਸ 'ਚ ਸੀਗਾ, ਉਹਨਾਂ ਦੇ ਰਿਕਾਰਡ 'ਚ ਸੀਗਾ। ਹੁਣ 2021 'ਚ ਹੈਕਰਸ ਨੇ ਅਟੈਕ ਕੀਤਾ, ਉਹਨਾਂ ਨੇ ਆਪਣੀ ਪ੍ਰਾਈਵੇਸੀ ਜਾਂ ਸਿਕਿਉਰਿਟੀ ਪ੍ਰੋਪਰ ਨਹੀਂ ਸੀਗੀ ਉਹਨਾਂ ਦੀ, ਉਹ ਸਾਰਾ ਡੇਟਾ ਇੰਟਰਨੈਟ 'ਤੇ ਲੀਕ ਹੋ ਗਿਆ। ਐਂਡ ਕੀ ਡੇਟਾ, ਮੈਂ ਜ਼ਰੂਰ ਇਹ ਵੀ ਦੱਸਾਂਗਾ ਤੁਹਾਡਾ ਕੀ ਡੇਟਾ ਜੋ ਇੰਟਰਨੈਟ 'ਤੇ ਐਗਜ਼ਿਸਟਿੰਗ ਹੈ ਕਿਤੇ ਨਾ ਕਿਤੇ ਜ਼ਰੂਰ ਪਿਆ ਹੋਊਗਾ ਉਹ ਡੇਟਾ। ਡੋਮੀਨੋਜ਼ ਨੇ ਤੁਹਾਡੀ ਮੇਲ ਆਈ ਡੀ, ਤੁਹਾਡਾ ਨਾਮ, ਤੁਹਾਡਾ ਫੋਨ ਨੰਬਰ, ਤੁਹਾਡੇ ਘਰ ਦਾ ਐਡਰੈਸ, ਐਂਡ ਤੁਸੀਂ ਕੀ ਪਰਚੇਜ਼ ਕੀਤਾ ਸੀਗਾ, ਉਹ ਵੀ ਐਗਜ਼ਿਸਟਿੰਗ ਹੈ। ਇੰਨੇ ਸਵਾਦ ਪੀਜ਼ੇ ਇਹਨਾਂ ਦੇ, ਇੰਨੇ ਮੈਂ ਪੀਜ਼ੇ ਖਾਧੇ, ਤੁਸੀਂ ਯਾਰ ਸਾਡਾ ਡਾਟਾ ਲੀਕ ਕਰਤਾ, ਇਹ ਕੁਐਸਚਨ ਦਾ ਬੰਦ ਆਇਆ। ਰਾਈਟ, ਸੋ ਇਹਦੇ ਵਿੱਚ ਲਾਈਕ ਤੁਹਾਡਾ ਸਾਰਾ ਇੰਟਰਨੈਟ 'ਤੇ ਕਿਤੇ ਨਾ, ਐਂਡ ਹੋ ਸਕਦਾ ਸਕੈਮਰਸ ਇਹੀ ਡੇਟਾ ਨੂੰ ਚੱਕ ਕੇ ਬਿਲਕੁਲ ਕਾਲਸ ਕਰ ਰਿਹਾ। ਐਂਡ ਇਹ ਸਿਰਫ ਇਹ ਨਹੀਂ ਹੈ, ਲਾਈਕ ਇਹਦੇ ਵਿੱਚ ਕਈ ਵਾਰੀ ਤੁਹਾਡਾ ਪਾਸਵਰਡ ਵੀ ਜਾਂਦਾ, ਜਿਵੇਂ ਦੂਜੀ ਕੰਪਨੀ ਦਾ ਮੈਂ ਡੇਟਾ ਲੈ ਚਲ ਜਾਂਦਾ। ਡਬ ਸਮੈਸ਼ ਨਾਮ ਦੀ ਕੰਪਨੀ ਹੈ ਜਿਹਨੇ 2018 ਦੇ ਵਿੱਚ ਡਬ ਸਮੈਸ਼ ਸੀਗੀ ਜਿਹੜੀ, ਉਹ ਟਿਕਟੋਕ ਤੋਂ ਪਹਿਲਾਂ ਮੀਮ ਰੀਲਸ ਵਗੈਰਾ ਬਣਾਉਣ ਲਈ ਯੂਜ਼ ਹੁੰਦੀ ਸੀਗੀ ਉਹਦੇ ਵਿੱਚ, ਰਾਈਟ। ਉਹਦੇ ਵਿੱਚ ਤੁਹਾਡੀ ਮੇਲ ਆਈ ਡੀ, ਤੁਹਾਡਾ ਜੀਓਗ੍ਰਾਫਿਕ ਲੋਕੇਸ਼ਨਸ, ਤੁਹਾਡਾ ਪਾਸਵਰਡ, ਫੋਨ ਨੰਬਰ, ਤੁਸੀਂ ਕਿਹੜੀ ਲੈਂਗੁਏਜ ਬੋਲਦੇ ਹੋ, ਐਂਡ ਤੁਹਾਡਾ ਯੂਜ਼ਰ ਨੇਮ, ਇਹ ਸਾਰਾ। ਐਂਡ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਅਸੀਂ ਕੀ ਕਰਦੇ ਹਾਂ, ਇੱਥੇ ਹੋਰ ਬੜੀ ਕਾਮਨ ਗਲਤੀ, ਅਸੀਂ ਜਿਹੜਾ ਪਾਸਵਰਡ ਜੀਮੇਲ ਦਾ ਰੱਖਿਆ ਹੁੰਦਾ ਉਹੀ ਫੇਸਬੁੱਕ ਦਾ, ਸੱਚ, ਉਹੀ ਸਾਡਾ ਟਵਿੱਟਰ ਦਾ, ਉਹੀ ਸਾਡਾ ਇੰਸਟਾਗ੍ਰਾਮ ਦਾ, ਉਹੀ ਸਾਡਾ ਯੂਟਿਊਬ, ਉਹੀ ਸਾਡੇ ਸਾਰੇ ਪਲੇਟਫਾਰਮਸ, ਅਸੀਂ ਸੇਮ ਪਾਸਵਰਡ ਯੂਜ਼ ਕਰਦੇ ਹਾਂ। ਇਹ ਸਭ ਤੋਂ ਵੱਡੀ ਮਿਸਟੇਕ ਯੂਜ਼ਰਸ ਇੱਥੇ ਕਰਦੇ ਆ। ਹੁੰਦਾ ਕੀ ਹੈ, ਜੇ ਇੱਕ ਵੀ ਕੰਪਨੀ ਨੇ ਡੇਟਾ ਬ੍ਰੀਚ ਕਰਤਾ ਕਿਸੇ ਇੱਕ ਕੰਪਨੀ ਦੀ ਵਜ੍ਹਾ, ਜਿੱਦਾਂ ਕਿ ਇਹ ਡੋਮੀਨੋਜ਼ ਸੀ, ਜੇ ਡੋਮੀਨੋਜ਼ ਨੇ ਤੁਹਾਡਾ ਇੱਕ ਪਾਸਵਰਡ ਇੰਟਰਨੈਟ 'ਤੇ ਲੀਕ ਕਰਤਾ, ਜੇ ਤੁਹਾਡੇ ਸੇਮ ਪਾਸਵਰਡ ਹੈ
ਠੀਕ ਹੈ, ਜ਼ਰੂਰ ਸਾਰੇ ਜਾਣੇ ਆਪਣੇ ਬਾਰੇ ਜ਼ਰੂਰ ਸੋਚ ਸਕਦੇ ਹੈ। ਮੈਨੂੰ ਲੱਗਦਾ ਸਾਰੇ ਚੇਂਜ ਕਰਨਗੇ। ਨੋਰਮਲੀ ਅਸੀਂ ਕੀ ਕਰਦੇ ਹਾਂ, ਅਸੀਂ ਸੇਮ ਪਾਸਵਰਡ ਸਾਰੇ ਅਕਾਊਂਟਸ ਦਾ ਰੱਖ ਲੈਂਦੇ ਹਾਂ। ਜੇ ਸੇਮ ਪਾਸਵਰਡ ਹੈ, ਡੋਮੀਨੋਜ਼ ਨੇ ਤੁਹਾਡਾ ਡੇਟਾ ਬ੍ਰੀਚ ਕੀਤਾ, ਹੈਕਰ ਕੀ ਕਰੂਗਾ, ਉਹ ਸੇਮ ਪਾਸਵਰਡ ਜੋ ਡੋਮੀਨੋਜ਼ ਨੇ ਲੀਕ ਕੀਤਾ ਉਹ ਪਿੱਕ ਕਰਕੇ ਹਰ ਇੱਕ ਜਗ੍ਹਾ ਲੌਗਇਨ ਕਰ ਲੂਗਾ। ਐਂਡ ਮਤਲਬ ਇਕੱਲਾ ਡੋਮੀਨੋਜ਼ ਨਹੀਂ ਗਿਆ, ਸਾਰੇ ਗਏ। ਤੇ ਬਚਣਾ ਕਿਵੇਂ ਚਾਹੀਦਾ ਇਹਨਾਂ ਚੀਜ਼ਾਂ ਤੋਂ? ਦੇਖੋ, ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਪੁਆਇੰਟਸ ਹੈ ਮੈਂ ਬਚਣ ਦੇ ਵਿੱਚ ਕਹਾਂਗਾ, ਕੁਝ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਜਿਵੇਂ ਹੁਣ ਆਪਾਂ ਡਿਸਕਸ ਕਰ ਰਹੇ ਸੀਗੇ, ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਔਨਲਾਈਨ ਅਕਾਊਂਟਸ ਹੈ ਉਹਨਾਂ ਸਾਰਿਆਂ ਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ, ਪਾਸਵਰਡਸ ਹੈ, ਉਹ ਵੱਖਰੇ ਵੱਖਰੇ ਹੋਣੇ। ਲੋਕ ਇਹ ਵੀ ਕਹਿੰਦੇ ਸਾਨੂੰ ਯਾਦ ਨਹੀਂ ਰਹਿੰਦੇ ਤਾਂ ਕਰਕੇ ਰੱਖ ਲੈਂਦੇ ਹਾਂ। ਦੇਖੋ, ਜਿੰਨਾ ਤੁਹਾਡੇ ਲਈ ਸੌਖਾ ਯਾਦ ਰੱਖਣਾ ਉਨਾ ਹੀ ਹੈਕਰ ਲਈ ਸੌਖਾ ਤੋੜਨਾ ਵੀ ਹੈ। ਠੀਕ ਹੈ, ਉਹਦੇ ਵਿੱਚ ਕੁਝ ਆਪਣੇ ਸਪੈਸ਼ਲ ਕੈਰੇਕਟਰਸ ਐਡ ਕਰੋ, ਜੇ ਬਿਲਕੁਲ ਪੂਰਾ ਸੇਮ ਨਾ ਰੱਖੋ, ਕੁਛ ਉਹ 'ਚ ਐਡ ਸਪੈਸ਼ਲ ਕੈਰੇਕਟਰ ਕਰੋ, ਕੁਛ ਨਿਊਮੈਰਿਕ ਵੈਲਿਊਜ਼ ਉਹਦੇ ਵਿੱਚ ਐਡ ਕਰੋ, ਜਾਂ ਉਹਦੇ ਵਿੱਚ ਕੁਛ ਲਾਈਕ ਵਰਡਸ ਨਵੇਂ ਐਡ ਕਰ ਦਿਓ, ਅਲਫਾਬੈਟਸ ਨਵੇਂ ਐਡ ਕਰ ਦਿਓ, ਬਟ ਪੂਰਾ ਸੇਮ ਨਾ ਰੱਖੋ ਜੀ, ਕਿਉਂਕਿ ਜੇ ਇੱਕ ਪਾਸਵਰਡ ਵੀ ਗਿਆ ਤਾਂ ਸਾਰੇ ਗਏ। ਅੱਛਾ ਬਾਈ ਜੀ, ਇਹ ਵੀ ਮੈਂ ਸੁਣਿਆ ਲੋਕਾਂ ਤੋਂ, ਆਮ ਲੋਕ ਇਹ ਵੀ ਕਹਿੰਦੇ ਨੇ ਕਿ ਮੰਨ ਲਓ ਕਿ ਮੈਂ ਫੋਨ ਇੱਦਾਂ ਰੱਖਤਾ, ਇੱਥੇ ਫੋਨ ਮੇਰਾ ਨੈੱਟ ਔਨ ਹੈ, ਆਪਾਂ ਜੋ ਗੱਲਬਾਤ ਕਰਦੇ ਪਏ ਕਿਸੇ ਬ੍ਰਾਂਡ ਦੇ ਬਾਬਤ ਗੱਲਬਾਤ ਕਰਦੇ ਪਏ ਜਾਂ ਕੋਈ ਵੀ ਗੱਲ ਕਰਦੇ ਪਏ ਹਾਂ, ਤਾਂ ਸਾਡੀ ਜਿਹੜੀ ਗੱਲਬਾਤ ਇੱਥੇ ਫੋਨ ਦੇ ਵਿੱਚ ਜਾ ਰਹੀ ਹੈ ਅਤੇ ਹੈਕਰਸ ਸੁਣ ਰਹੇ ਆ? ਦੇਖੋ, ਇਹਨੂੰ ਇੱਦਾਂ ਕਹਿਣਾ ਤਾਂ ਨਹੀਂ ਮੈਂ ਹੱਕ ਦੇ ਵਿੱਚ ਹੈਗਾ, ਬਹੁਤ ਸਾਰੇ ਇੱਦਾਂ ਦੇ ਮਿਥਸ ਵੀ ਹੈ, ਕਿਉਂਕਿ ਜੇ ਹੁਣ ਮੈਂ ਸਾਈਬਰ ਐਕਸਪਰਟ ਹਾਂ, ਇੱਕ ਲੋਕ ਇਹ ਸੋਚਦੇ ਹੋਗੇ ਕਿ ਯਾਰ ਜੇ ਪਲਵਿੰਦਰ ਦੇ ਹੱਥ 'ਚ ਫੋਨ ਟੱਚ ਵੀ ਇੱਦਾਂ ਵੀ ਕਰ ਲਿਆ ਨਾ, ਮਤਲਬ ਹੈਕ ਹੋ ਗਿਆ। ਠੀਕ ਹੈ, ਬਟ ਇੱਦਾਂ ਦਾ ਨਹੀਂ ਹੁੰਦਾ, ਬਟ ਇੱਦਾਂ ਪੋਸੀਬਲਸ ਹੈ। ਇੱਦਾਂ ਦੇ ਬਹੁਤ ਸਾਰੇ ਟੂਲਸ ਆਉਂਦੇ ਆ, ਜਾਂ ਹੈਕਰਸ ਕੀ ਕਰਦੇ ਆ ਕਿ ਔਫਰਸ ਭੇਜਦੇ ਆ ਕਿ ਸਰ ਇਹ ਤੁਹਾਨੂੰ ਔਫਰ ਮਿਲੂਗਾ, ਕਿ ਲਾਈਕ ਕੁਝ ਕੂਪਨਸ ਮਿਲ ਜਾਊਗੇ, ਕੁਝ ਫੂਡ ਫ੍ਰੀ ਮਿਲ ਜੂਗਾ, ਜਾਂ ਤੁਹਾਡੇ ਲਈ ਕੁਝ ਸਪੈਸ਼ਲ KBC ਦਾ ਫਰੋਡ, KBC ਲਈ ਆਇਆ ਕੌਣ ਬਣੇਗਾ ਕਰੋੜਪਤੀ, 25 ਲੱਖ ਦੀ ਲੋਟਰੀ, ਵਟਸਐਪ 'ਤੇ ਤੁਹਾਨੂੰ ਮੈਸੇਜ ਆਇਆ ਹੋਊਗਾ, ਬਹੁਤ ਸਾਰੇ ਯੂਜ਼ਰਸ ਨੂੰ ਆਇਆ ਵੀ ਹੋਊਗਾ ਕਿ ਤੁਸੀਂ 25 ਲੱਖ ਜਿੱਤ ਗਏ ਹੋ, ਐਂਡ ਉਹਦੇ 'ਤੇ ਇੱਕ ਵਟਸਐਪ ਨੰਬਰ ਦਿੱਤਾ ਹੋਊਗਾ ਕਿ ਵਟਸਐਪ 'ਤੇ ਕਾਲ ਕਰਕੇ ਉਹ ਪੈਸੇ ਕਿਹੜੇ ਖਾਤੇ 'ਚ ਪਵਾਉਣੇ। ਉਹ ਇੱਕ ਜ਼ਰੀਆ ਹੁੰਦਾ ਹੈ ਵਿਕਟਿਮ ਦੇ ਨਾਲ ਲਾਈਕ ਗੱਲਬਾਤ ਕਰਨ ਦਾ। ਉਸ ਤੋਂ ਬਾਅਦ ਉਹ ਕੀ ਕਰਦੇ ਆ, ਕਈ ਵਾਰੀ ਉਹ ਕੋਈ ਐਪਸ ਭੇਜਦੇ ਆ ਤੁਹਾਨੂੰ, ਕਿਉਂਕਿ ਤੁਹਾਡੇ ਫੋਨ ਦੇ ਵਿੱਚ ਕੀ ਇਨਫੋਰਮੇਸ਼ਨ ਹੈ, ਕੀ ਡੇਟਾ ਹੈ, ਉਹ ਡਾਇਰੈਕਟਲੀ ਨਹੀਂ ਦੇਖਣਗੇ। ਉਹ ਇਹ ਕਹਿਣਗੇ ਕਿ ਸਾਡੀ ਪੋਲਿਸੀ ਹੈ ਕਿ ਤੁਸੀਂ ਪੈਸੇ ਤਾਂ ਹੀ ਅਕਾਊਂਟ 'ਚ ਪਵਾ ਸਕਦੇ ਹੋ, ਜਾਂ ਇਹ ਔਫਰ ਤਾਂ ਹੀ ਤੁਸੀਂ ਲੈ ਸਕਦੇ ਜੋ ਐਪ ਡਾਊਨਲੋਡ ਕਰੋਗੇ। ਉਹ ਐਪਸ ਕੀ ਕਰਦੀਆਂ, ਤੁਹਾਡੇ ਫੋਨ ਦਾ ਸਾਰਾ ਡੇਟਾ ਹੈਕਰ ਨੂੰ ਦੇ ਦਿੰਦੀਆਂ, ਚਾਹੇ ਤੁਹਾਡਾ ਕੈਮਰਾ, ਚਾਹੇ ਤੁਹਾਡਾ ਮਾਈਕ ਹੈ, ਚਾਹੇ ਤੁਹਾਡਾ ਫੋਨ ਦੀ ਪੂਰੀ ਸਕਰੀਨ ਹੈ। ਪੂਰੀ ਸਕਰੀਨ ਹੀ ਸ਼ੇਅਰ ਹੋ ਜਾਂਦੀ ਹੈ, ਪੂਰੀ ਸਕਰੀਨ, ਫੋਨ ਨੰਬਰ, ਵਟਸਐਪ, ਸਭ ਕੁਝ। ਮੈਂ ਕਹਿ ਰਿਹਾ ਪੂਰੀ ਸਕਰੀਨ ਹੀ, ਲਾਈਕ ਉਹ ਆਪਣੇ ਹੈਕਰ ਆਪਣੇ ਫੋਨ 'ਤੇ ਇੱਦਾਂ ਸਵਾਈਪ ਕਰੂਗਾ, ਐਂਡ ਤੁਹਾਡੀ ਸਕਰੀਨ ਆਟੋਮੈਟਿਕ ਚੱਲ ਰਹੀ ਹੈਗੀ। ਐਂਡ ਸਮਟਾਈਮਸ ਇੱਦਾਂ ਦੇ ਕੇਸਿਸ ਵੀ ਹੋਏ ਕਿ ਤੁਹਾਡੀ ਪੂਰੀ ਸਕਰੀਨ ਦਾ ਕੰਟਰੋਲ ਲੈਣ ਤੋਂ ਬਾਅਦ ਉਹ ਤੁਹਾਨੂੰ ਇਹ ਵੀ ਕਹੀ ਜਾਣਗੇ ਕਿ ਮੈਮ ਜਾਂ ਸਰ ਤੁਸੀਂ OTP ਨਹੀਂ ਦੇਣਾ। OTP ਉਹਨਾਂ ਨੇ ਮੰਗਣਾ ਹੀ ਨਹੀਂ ਜਦ ਤੁਹਾਡੀ ਪੂਰੀ ਸਕਰੀਨ ਹੀ ਉਹਨਾਂ ਦੇ ਕੋਲ ਜਾ ਰਹੀ ਹੈ, ਐਂਡ ਉਹ ਖੁਦ ਦੇਖ ਲੈਣਗੇ, ਐਂਡ ਉੱਥੋਂ ਸਾਨੂੰ ਯਕੀਨ ਹੋ ਜਾਂਦਾ ਕਿ ਯਾਰ ਬੰਦਾ ਬਹੁਤ ਜੈਨੂਇਨ ਹੈ, ਕਿ ਇਹ OTP ਬਾਰ ਬਾਰ ਇਹ ਕਹਿ ਰਿਹਾ ਕਿ ਮੈਮ ਇਹ ਸਾਡੀ ਕੰਪਨੀ ਦੀ ਪੋਲਿਸੀ ਦਾ, ਤੁਸੀਂ OTP ਨਹੀਂ ਦੇਣਾ। ਬਟ ਇੱਦਾਂ ਦੀ ਕੋਈ ਵੀ ਐਪਸ ਜੇ ਤੁਹਾਨੂੰ ਕੋਈ ਕਹਿੰਦਾ ਡਾਊਨਲੋਡ ਕਰਨ ਲਈ, ਜਾਂ ਕੋਈ APK ਫਾਈਲਸ ਆਉਂਦੀਆਂ, ਕਦੀ ਵੀ ਕਿਸੇ ਅਨਨੋਨ ਪਰਸਨ ਦੇ ਕਹਿਣ 'ਤੇ ਮੋਬਾਈਲ ਵਿੱਚ ਕੋਈ ਐਪਲੀਕੇਸ਼ਨ ਡਾਊਨਲੋਡ ਨਾ ਕਰੋ, ਕੋਈ ਅਨਨੋਨ ਪਰਸਨ ਵੱਲੋਂ ਕੋਈ ਲਿੰਕ ਆ ਰਿਹਾ ਉੱਤੇ ਕਲਿੱਕ ਨਾ ਕਰੋ। ਕਦੀ ਵੀ ਕੋਈ ਫੋਨ ਦੇ ਵਿੱਚ ਐਪਸ ਡਾਊਨਲੋਡ ਕਰਨੀ ਹੈ, ਸਭ ਤੋਂ ਬੈਸਟ ਸੋਰਸ ਹੈ ਤੁਹਾਡੇ ਫੋਨ 'ਚ ਓਨਲੀ ਐਂਡ ਓਨਲੀ ਕਿ ਉਹ ਹੈ ਪਲੇ ਸਟੋਰ, ਜਾਂ ਅਗਰ ਆਈਫੋਨਸ ਆ ਲਿਆ ਤਾਂ ਲਾਈਕ ਐਪ ਸਟੋਰ ਹੈ ਜੀ। ਜੇ ਫਿਰ ਵੀ ਸ਼ੱਕ ਹੈ ਕਿ ਐਪ ਅੱਛੀ ਆਏ ਬੁਰੀ ਉਹ 'ਤੇ ਰਿਵਿਊਜ਼ ਪੜੋ। ਕਈ ਵਾਰ ਮੈਂ ਇਹ ਵੀ ਚੀਜ਼ ਦੇਖੀ ਹੈ, ਮੈਂ ਮੰਨ ਲਓ ਗੂਗਲ ਤੋਂ ਕੁਛ ਸਰਚ ਕੀਤਾ, ਤਾਂ ਮੰਨ ਲਓ ਸ਼ੂਜ਼ ਦੇਖੇ, ਤਾਂ ਉਹ ਮੈਨੂੰ ਫੇਸਬੁੱਕ 'ਤੇ ਸੇਮ ਸ਼ੂਜ਼, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ, ਟਵਿੱਟਰ, ਇਹ ਸਾਰੇ ਜਗ੍ਹਾ ਮੈਨੂੰ ਸ਼ੋਅ ਹੋਣ ਲੱਗਾ। ਕਰੈਕਟ, ਇਹ ਚੀਜ਼ ਕੀ ਹੁੰਦੀ ਹੈ? ਇਹ ਬੜਾ ਕਾਮਨ ਕੁਐਸਚਨ ਹੈ ਕਿ ਲੋਕ ਸੋਚਦੇ ਆ ਕਿ ਫੋਨ ਸਾਡਾ ਹੈਕ ਹੋ ਗਿਆ,
ਜਾਂ ਸਾਡੇ ਫੋਨ 'ਚ ਕੋਈ ਹੈਕਰ ਦਾ ਕੋਈ ਸੀਗਾ, ਇਹ ਉਹੀ ਸ਼ੂਜ਼ ਜਾਂ ਮੈਂ ਅਗਰ ਪਰਸ ਸਰਚ ਕੀਤਾ ਗੂਗਲ 'ਤੇ ਜਾ ਕੇ, ਉਹ ਸੇਮ ਪਰਸ ਜਾਂ ਸੇਮ ਸ਼ਰਟ ਉਹ ਹਰੇਕ ਜਗ੍ਹਾ ਦਿਖਣੀ ਲੱਗੀ। ਉਹ ਇੱਕ ਲਾਈਕ ਸਿਸਟਮ ਸਾਡੇ ਜਿਹੜੇ ਵੀ ਡਿਵਾਈਸ ਅਸੀਂ ਸਰਚ ਕਰਦੇ ਉਹ 'ਚ ਕੈਸ਼ੇ ਮੈਮਰੀਜ਼ ਹੁੰਦੀਆਂ, ਉਹਦੇ ਵਿੱਚ ਲਾਈਕ ਕੁਕੀਜ਼ ਸਟੋਰ ਹੋ ਜਾਂਦੀਆਂ। ਉਹ ਹੈਕ ਨਹੀਂ ਹੈ, ਉਹ ਇੱਕ ਵੈਬਸਾਈਟਸ ਬਣਾਉਣ ਦੇ ਜ਼ਰੀਏ ਹੀ ਇੱਦਾਂ ਹੁੰਦਾ, ਲਾਈਕ ਪ੍ਰੋਗਰਾਮਿੰਗ ਇੱਦਾਂ ਦੀ ਹੁੰਦੀ ਹੈ ਕਿ ਜੋ ਵੀ ਪਰਸਨ ਜਿਹੜੀ ਚੀਜ਼ ਵਿੱਚ ਇੰਟਰਸਟਿਡ ਹੈ ਉਹਨੂੰ ਉਹੀ ਚੀਜ਼ਾਂ ਦਿਖਣ। ਸੋ ਜਦੋਂ ਆਪਾਂ ਇੱਕ ਵਾਰੀ ਕਲਿੱਕ ਕਰਦੇ ਇਹਦਾ ਮਤਲਬ ਅਸੀਂ ਉਹਨੂੰ ਦੱਸਤਾ ਕਿ ਮੈਂ ਇੰਟਰਸਟਿਡ ਹਾਂ। ਜੇ ਮੈਂ ਪੰਜਾਬੀ ਗਾਣੇ ਸੁਣਦਾ ਤਾਂ ਮੇਰੇ ਅੱਗੇ ਪੰਜਾਬੀ ਗਾਣੇ ਆਉਣਗੇ, ਬਿਲਕੁਲ। ਜੇ ਮੈਂ ਨਿਊਜ਼ ਕੋਈ ਸੁਣਦਾ ਤਾਂ ਮੇਰੇ ਅੱਗੇ ਸਾਰਾ ਦਿਨ ਨਿਊਜ਼ ਹੀ ਉਹਦੇ 'ਤੇ ਆਏਗੀ। ਜੇ ਮੈਂ ਕੁਝ ਫਨੀ ਕਲਿਪਸ ਦੇਖਦਾ ਕਿਸੇ ਪਰਟੀਕੁਲਰ ਯੂਟਿਊਬਰ ਦੇ, ਉਹ ਫਨੀ ਕਲਿਪਸ ਉਹਦੇ ਹੀ ਮੇਰੇ ਸਾਹਮਣੇ ਆਉਣਗੇ। ਬਿਲਕੁਲ, ਉਹਦਾ ਮਤਲਬ ਉਹ ਸਾਰੇ ਇਹ ਚੀਜ਼ ਮੋਨੀਟਰ ਕਰ ਰਿਹਾ ਹੈ, ਮਤਲਬ ਉਹਨਾਂ ਦੀ ਵੈਬਸਾਈਟ ਪ੍ਰੋਗਰਾਮਿੰਗ ਹੀ ਇੱਦਾਂ ਦੀ ਹੈ ਕਿ ਜੋ ਜੋ ਚੀਜ਼ਾਂ 'ਤੇ ਮੈਂ ਕਲਿੱਕ ਕਰਦਾ ਮੈਨੂੰ ਹਰ ਜਗ੍ਹਾ ਉਹੀ ਦਿਖੂਗੀ। ਉਹ ਕੋਈ ਹੈਕ ਨਹੀਂ ਹੈ, ਉਹ ਨੋਰਮਲੀ ਜਦੋਂ ਤੁਸੀਂ ਯੂਜ਼ ਕਰ ਰਹੇ ਹੋ ਜਾਂ ਤੁਸੀਂ ਕਲਿੱਕ ਕਲਿੱਕ ਕਰਕੇ ਉਹਨੂੰ ਕਰ ਰਹੇ ਹੋ, ਮਤਲਬ ਅਸੀਂ ਉਹ ਵੈਬਸਾਈਟਸ ਵਾਲਿਆਂ ਨੂੰ ਦੱਸ ਰਹੇ ਹਾਂ ਕਿ ਅਸੀਂ ਇਹ 'ਚ ਇੰਟਰਸਟਿਡ ਹਾਂ, ਐਂਡ ਉਹ ਵੇਚਣ ਦੇ ਲਈ ਉਹਨੂੰ ਵਾਰ ਵਾਰ ਦਿਖਾਉਂਦੇ ਆ ਸਾਨੂੰ। ਬਾਈ ਜੀ, ਇੱਕ ਸੌਖਾ ਤਰੀਕਾ, ਸਾਡੇ ਫੋਨ ਦੇ ਵਿੱਚੋਂ ਪੈਸੇ ਨਾ ਗਾਇਬ ਹੋਣ, ਸਾਡੇ ਫੋਨ ਦੇ ਵਿੱਚੋਂ ਡਾਟਾ ਨਾ ਲੀਕ ਹੋਵੇ, ਵੀਡੀਓਜ਼ ਨਾ ਲੀਕ ਹੋਣ, ਫੋਟੋਜ਼ ਨਾ ਜਿਹੜੀਆਂ ਨਾ ਲੀਕ ਹੋਣ, ਸੌਖਾ ਤਰੀਕਾ ਕੀ ਆ ਸਾਰੇ ਡਾਟੇ ਨੂੰ ਬਚਾਉਣ ਦਾ? ਦੇਖੋ, ਸਭ ਤੋਂ ਇੰਪੋਰਟੈਂਟ ਹੈ ਜਿਹੜਾ ਤੁਸੀਂ ਹੱਥ 'ਚ ਫੋਨ ਫੜਿਆ ਨਾ, ਠੀਕ ਹੈ, ਇਟਸ ਲਾਈਕ ਕਿ ਤੁਹਾਡਾ ਪੂਰਾ ਗ੍ਰੰਥ ਆ ਉਹਦੇ ਵਿੱਚ, ਲਾਈਕ ਪੂਰੀ ਤੁਹਾਡੀ ਡਿਟੇਲਸ ਹੈ, ਹਿਸਟਰੀ ਉਹਦੀ ਪੂਰੇ ਉਹਦੇ ਵਿੱਚ। ਉਹ ਕਿਸੇ ਵੀ ਅਨਨੋਨ ਪਰਸਨ ਦੇ ਨਾਲ ਸ਼ੇਅਰ ਨਾ ਕਰੋ। ਮੋਸਟਲੀ ਲਿੰਕਸ ਜਿਹੜੇ ਆਉਂਦੇ ਆ ਕਦੀ ਉਹਨਾਂ 'ਤੇ ਕਲਿੱਕ ਨਾ ਕਰੋ। ਜਿਹੜੇ ਵਟਸਐਪ 'ਤੇ ਆ ਗਏ ਲਿੰਕਸ ਜਾਂ ਮੇਲ 'ਤੇ ਰੈਂਡਮਲੀ ਲਿੰਕਸ ਆ ਗਏ ਉੱਤੇ ਆਉਂਦਾ ਕਲਿੱਕ ਹੇਅਰ ਔਫਰ ਅਵੇਲ ਕਰਨ ਲਈ, ਉਹਨਾਂ 'ਤੇ ਕਲਿੱਕ ਨਾ ਕਰੋ। ਰੈਂਡਮ ਕਾਲਸ ਤੁਹਾਨੂੰ ਕਿਸੇ ਦੀ ਆਉਂਦੀਆਂ ਸਪੈਸ਼ਲੀ ਵਟਸਐਪ ਦੇ ਉੱਤੇ, ਉਹ ਪਿੱਕ ਨਾ ਕਰੋ। ਅਨਨੋਨ ਕਾਲਸ ਦਾ ਵਟਸਐਪ ਵੀਡੀਓ ਕਾਲ ਪਿੱਕ ਹੀ ਨਹੀਂ ਕਰਨੀ, ਇੱਕ ਬੜਾ ਪਾਪੂਲਰ ਸਕੈਮ ਸੀਗਾ ਜੀ, ਵੀਡੀਓ ਕਾਲ ਵਾਲਾ। ਵੀਡੀਓ ਕਾਲ ਵਾਲਾ ਉਹ ਬਿਲਕੁਲ ਤੁਸੀਂ ਅਨਨੋਨ ਕਾਲਸ ਨੂੰ ਪਿੱਕ ਨਾ ਕਰੋ। ਜਿਹੜੀਆਂ ਐਕਸਟਰਾ ਐਪਸ ਹਨ, ਜਦੋਂ ਵੀ ਤੁਸੀਂ ਕੋਈ ਫੋਨ ਦੇ ਵਿੱਚ ਐਪ ਇੰਸਟਾਲ ਕਰਦੇ ਹੋ, ਹਮੇਸ਼ਾ ਦੇਖਿਆ ਕਰੋ ਜਦੋਂ ਐਪ ਇੰਸਟਾਲ ਹੁੰਦੀ ਹੈ ਉਹ ਪਰਮਿਸ਼ਨਸ ਮੰਗਦੀ ਹੈ, ਜਿਹਨੂੰ ਅਸੀਂ ਕਦੀ ਪੜ੍ਹੀਦਾ ਨਹੀਂ, ਐਂਡ ਅਲਾਓ 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 ਕਰੇ। ਉਹ ਅਲਾਓ ਕਰਨ ਦਾ ਮੈਂ ਅੱਗੇ ਸੌਖੇ ਵਰਡ 'ਚ ਸਮਝਾਵਾਂ ਨਾ, ਇਹ ਮਤਲਬ ਹੈ ਕਿ ਅਸੀਂ ਉਹ ਕੰਪਨੀ ਨੂੰ ਪਰਮਿਸ਼ਨ ਦੇ ਰਹੇ ਹਾਂ ਜਾਂ ਉਸ ਐਪਲੀਕੇਸ਼ਨ ਨੂੰ ਪਰਮਿਸ਼ਨ ਦੇ ਰਹੇ ਕਿ ਮੇਰਾ ਡਾਟਾ ਚੱਕ ਕੇ ਆਪਣੇ ਕੋਲ ਰੱਖ ਲਾ। ਹੁਣ ਇੱਕ ਐਪਲੀਕੇਸ਼ਨ ਗੇਮ ਹੈ ਨੋਰਮਲੀ, ਲਾਈਕ ਕੋਈ ਬੱਚੇ ਘਰ ਵਿੱਚ ਇੰਸਟਾਲ ਕਰ ਲੈਂਦੇ ਆ, ਉਹਨੇ ਇੰਸਟਾਲ ਕੀਤੀ, ਉਹਨੇ ਕੰਟੈਕਟਸ ਮੰਗੇ ਸਾਡੇ ਤੋਂ ਐਪਲੀਕੇਸ਼ਨ ਨੇ, ਬੱਚੇ ਨੇ ਕਰਤਾ ਅਲੋ, ਉਹਦਾ ਮਤਲਬ ਹੈ ਕਿ ਮੇਰੇ ਫੋਨ ਦੇ ਸਾਰੇ ਕੰਟੈਕਟਸ ਚੱਕ ਕੇ ਉਹਨੇ ਆਪਣੇ ਕੋਲ ਰੱਖ ਲਏ। ਇੱਕ ਬੜਾ ਪਾਪੂਲਰ ਲੋਨ ਸਕੈਮਸ ਵੀ ਇੱਦਾਂ ਦਾ ਆਇਆ ਸੀਗਾ। ਸੋ ਸ਼ੋਰਟ ਵਰਡਸ ਮੈਂ ਕਹਾਂਗਾ ਕਿ ਕੋਈ ਵੀ ਇੱਦਾਂ ਦੀਆਂ ਐਪਸ ਇੰਸਟਾਲ ਕਰਨ ਤੋਂ ਪਹਿਲਾਂ, ਕਿ ਉਹਨਾਂ 'ਤੇ ਚਾਹੇ ਉਹ ਲੋਨ ਦੀਆਂ ਐਪਸ ਹੈ, ਕੁਛ ਵੀ ਇੱਦਾਂ ਦੀਆਂ ਕਰਨ ਤੋਂ ਪਹਿਲਾਂ, ਲਾਈਕ ਪਲੀਜ਼ ਦੇਖੋ ਐਪ ਹੈ ਕਾਹਦੇ ਵਾਸਤੇ ਹੈ, ਜਾਣਕਾਰੀ ਬਹੁਤ ਜ਼ਰੂਰੀ ਹੈ, ਜਾਣਕਾਰੀ ਬਹੁਤ ਜ਼ਰੂਰੀ ਹੈ। ਐਂਡ ਪਾਸਵਰਡ ਆਪਣੇ ਕਦੀ ਸੇਮ ਨਾ ਰੱਖੋ, ਐਂਡ ਸਟਰੋਂਗ ਪਾਸਵਰਡ ਰੱਖੋ, ਐਂਡ ਕਿਸੇ ਨਾਲ ਵੀ ਕੋਈ ਓ ਟੀ ਪੀ ਜਾਂ ਕੋਈ ਲਿੰਕਸ 'ਤੇ ਕਲਿੱਕ ਜਾਂ ਕੁਛ ਵੀ ਇੱਦਾਂ ਦਾ ਡੇਟਾ ਸ਼ੇਅਰ ਨਾ ਕਰੋ ਕਿਸੇ ਨਾਲ ਵੀ। ਜੀ, ਇੱਕ ਆਖਰੀ ਸਵਾਲ, ਡਾਰਕ ਵੈਬ ਬਾਰੇ, ਇਹ ਐਗਜ਼ਿਸਟ ਕਰਦੀ ਹੈ? ਐਗਜ਼ਿਸਟ ਕਰਦੀ ਹੈ। ਖਤਰਨਾਕ ਹੈ? ਬਹੁਤ ਖਤਰਨਾਕ ਹੈ। ਐਕਚੁਲੀ ਡਾਰਕ ਵੈਬ ਇਸ ਲਈ ਬਣੀ ਸੀਗੀ, ਯੂ ਐਸ ਵੱਲੋਂ ਬਣਾਈ ਸੀ, ਉਹਦੇ ਵਿੱਚ ਇਹ ਸੀਗਾ ਕਿ ਜਿੰਨੇ ਵੀ ਇੰਟੈਲੀਜੈਂਸ ਹੈ ਜਾਂ ਜਿੰਨੇ ਵੀ ਕੁਛ ਆਰਮੀ ਪਰਸਨਸ ਹੈ, ਜਦੋਂ ਇੰਟਰਨੈਟ 'ਤੇ ਕੁਛ ਸਰਚ ਕਰਦੇ ਜਾਂ ਕਿਸੇ ਕ੍ਰਿਮੀਨਲ ਬਾਰੇ ਡੇਟਾ ਲੱਭਦੇ ਸੀਗੇ, ਉਹਦੇ ਵਿੱਚ ਕੀ ਹੁੰਦਾ ਸੀ ਕਿ ਉਹਨਾਂ ਦੀ ਆਪਣੀ ਪਰਸਨਲ ਆਈਡੈਂਟੀ, ਲਾਈਕ ਉਹਨਾਂ ਦੀ ਆਈ ਪੀ ਐਡਰੈਸ, ਘਰ ਦੀ ਲੋਕੇਸ਼ਨ ਪਤਾ ਲੱਗਦੀ ਸੀ ਕਿਉਂਕਿ ਉਹ ਸਾਡੇ ਬਾਰੇ ਕੋਈ ਸਰਚ ਕਰ ਰਿਹਾ ਜਾਂ ਕੁਛ ਇੱਦਾਂ, ਉਹਨੂੰ ਬਚਾਉਣ ਲਈ, ਲੋਕਾਂ ਦੀ ਆਈਡੈਂਟੀ ਬਚਾਉਣ ਲਈ ਕਿ ਉਹਦੀ ਆਈਡੈਂਟੀ ਨਾ ਕਿਤੇ ਲੀਕ ਹੋਵੇ, ਉਹਦੇ ਲਈ ਡਾਰਕ ਵੈਬ ਆਇਆ ਸੀਗਾ ਕਿ ਹਿਡਨ ਰਹੇ, ਆਈ ਪੀਜ਼ ਹਿਡਨ ਕਰਿਆ ਸਨ। ਬਟ ਇਹਦਾ ਹੁਣ ਥੋੜ੍ਹਾ ਓਪੋਜ਼ਿਟ ਯੂਜ਼ ਥੋੜ੍ਹਾ ਜ਼ਿਆਦਾ ਹੋ ਗਿਆ, ਇਲੀਗਲ ਚੀਜ਼ਾਂ ਦੇ 'ਤੇ ਵਿਖਣ ਲੱਗ ਗਈਆਂ, ਇਲੀਗਲ ਕਮੋਡਿਟੀਜ਼ ਹੈ, ਇਲੀਗਲ ਇੰਟਰਨੈਟ 'ਤੇ ਲੋਕ ਆ ਗਏ, ਪੈਸੇ ਸਾਰੇ ਬਿਟਕੋਇਨਸ 'ਚ ਟ੍ਰਾਂਸਫਰ ਹੋ ਰਹੇ ਹੈ, ਜਿਹਨੂੰ ਟਰੈਕ ਨਹੀਂ ਕਰ ਪਾਉਣਾ।
ਸੋ ਇੱਦਾਂ ਦੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਜੀ। ਬਾਈ ਜੀ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ, ਜਿੰਨੇ ਵੀ ਸਾਡੇ ਵਿਊਵਰਸ ਦੇਖਦੇ ਪਏ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਿਆ ਵੀ ਹੋਣਾ ਕਿ ਅਸੀਂ ਕਿੱਦਾਂ ਬਚ ਸਕਦੇ ਹਾਂ ਜਿਹੜੇ ਸਾਡੇ ਨਾਲ ਸਕੈਮ ਹੁੰਦੇ ਨੇ, ਜਾਂ ਫਿਰ ਸਾਡੇ ਖਾਤੇ ਜਿਹੜੇ ਖਾਲੀ ਹੋ ਜਾਂਦੇ ਨੇ, ਜਾਂ ਸਾਡਾ ਜਿਹੜਾ ਡਾਟਾ ਉਹ ਲੀਕ ਹੋ ਜਾਂਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ ਐਂਡ ਸਾਰੀ ਟੀਮ ਦਾ ਜੀ ਜੀ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਐਪੀਸੋਡ ਹੈ, ਇਹ ਜਿਹੜਾ ਪੋਡਕਾਸਟ ਅੱਜ ਹੋਇਆ ਹੈ, ਇਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਕਲੀਅਰ ਹੋ ਚੁੱਕੀਆਂ ਨੇ ਕਿ ਤੁਸੀਂ ਆਪਣੇ ਪਰਸਨਲ ਡਾਟਾ ਨੂੰ ਕਿਵੇਂ ਬਚਾ ਸਕਦੇ ਹੋ, ਤੁਹਾਡੀ ਕੋਈ ਫੋਟੋ, ਤੁਹਾਡੀ ਕੋਈ ਵੀਡੀਓ ਜਿਹੜੀ ਆ ਉਹ ਨਾ ਲੀਕ ਹੋਵੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਵੇਗਾ। ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।